ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਵਾਏ ਮਾਣ ਗੁਰੂ ਪਿਆਰੀ ਸਾਧ ਸੰਤ ਜੀ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ, ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੱਥੇ ਅਮਰੀਕਾ ਪਹੁੰਚ ਕੇ ਪਤਾ ਲੱਗਿਆ ਕਿ ਅੱਜ ਇੱਥੇ ਗੁਰੂ ਘਰ ਦੇ ਵਿੱਚ ਜਿਹੜੇ ਤਿੰਨ ਸ਼ਹੀਦ ਸਿੰਘ ਸਾਡੇ ਜਿਹੜੇ ਦੇਸ਼ ਤੋਂ ਬਾਹਰ ਬਗਾਨੀਆਂ ਧਰਤੀਆਂ ਉੱਤੇ ਜਾ ਕੇ ਸ਼ਹੀਦ ਹੋਏ, ਉਹਨਾਂ ਦਾ ਸ਼ਹੀਦੀ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਕੀਤਾ ਜਾ ਰਿਹਾ। ਮੇਰਾ ਖਿਆਲ ਹੈ ਕਿ ਇਸ ਗੱਲ ਦੀ ਤਵੱਕੋ ਕਦੇ ਕਿਸੇ ਨੇ ਨਹੀਂ ਸੀ ਕੀਤੀ ਕਿ ਇੱਥੇ ਵੀ ਸਾਡੇ ਕੋਈ ਸਿੰਘ ਸ਼ਹੀਦ ਹੋਣਗੇ, ਕਿਉਂਕਿ ਲੜਾਈ ਜੋ ਸਾਡੀ ਚੱਲ ਰਹੀ ਹੈ ਉਹ ਇੱਥੇ ਨਹੀਂ, ਉਹ ਭਾਰਤ ਦੇ ਵਿੱਚ ਇੰਡੀਆ ਦੀ ਸਟੇਟ ਨਾਲ ਚੱਲ ਰਹੀ ਹੈ। ਉੱਥੇ ਸ਼ਹਾਦਤਾਂ ਹੋਈਆਂ ਅਤੇ ਭਵਿੱਖ ਦੇ ਵਿੱਚ ਵੀ ਬਹੁਤ ਹੋਣਗੀਆਂ ਜਿੰਨਾ ਚਿਰ ਜੰਗ ਖਤਮ ਨਹੀਂ ਹੁੰਦੀ, ਅਤੇ ਜੰਗ ਖਤਮ ਹੋਣੀ ਹੈ ਸਾਡੇ ਕੌਮੀ ਘਰ ਦੀ ਸਥਾਪਨਾ ਨਾਲ ਜੀ। ਸੋ ਜਿੰਨਾ ਮਰਜ਼ੀ ਸਮਾਂ ਲੱਗੇ, ਜਿੰਨੀਆਂ ਮਰਜ਼ੀ ਸ਼ਹਾਦਤਾਂ ਹੋਣ, ਉਹ ਸਿਲਸਿਲਾ ਕਦੇ ਰੁਕਣਾ ਨਹੀਂ। ਪਰ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਸਿੱਖ ਬਹੁਤ ਬੇਖੈਫ ਹੋ ਕੇ ਅਤੇ ਬੜੇ ਆਜ਼ਾਦੀ ਨਾਲ ਵਿਚਰ ਰਹੇ ਸੀ, ਕਿਉਂਕਿ ਇਹਨਾਂ ਦੇਸ਼ਾਂ ਦਾ ਕਬਜ਼ਾ ਦਸਤੂਰ ਹੈ, ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਇਨਕਲਾਬ ਆ ਚੁੱਕੇ ਨੇ, ਅਤੇ ਜਿਹਨੂੰ ਜਮਹੂਰੀਅਤ ਕਹਿੰਦੇ ਹਾਂ ਅਸੀਂ, ਡੈਮੋਕ੍ਰੇਸੀ ਕਹਿੰਦੇ ਹਾਂ, ਉਹ ਸਿਰਫ ਕਹਿਣ ਦੀ ਨਾ ਗੱਲ ਨਹੀਂ, ਉਹਦੀਆਂ ਜੜ੍ਹਾਂ ਕਾਫੀ ਡੂੰਘੀਆਂ ਲੱਗੀਆਂ ਹੋਈਆਂ। ਸੋ ਇਹਨਾਂ ਦੇਸ਼ਾਂ ਦੇ ਵਿੱਚ ਵੀ ਸਾਡੇ ਸਿੰਘਾਂ ਨੂੰ ਕੋਈ ਆ ਕੇ ਗੋਲੀ ਮਾਰ ਸਕਦਾ ਹਿੰਦੁਸਤਾਨ ਦੀ ਸਟੇਟ, ਇਹ ਮੇਰਾ ਖਿਆਲ ਹੈ ਕਿ ਇਸ ਤੋਂ ਪਹਿਲਾਂ ਕਿਸੇ ਨੇ ਇਸ ਗੱਲ ਦੀ ਕਲਪਨਾ ਨਹੀਂ ਕੀਤੀ ਸੀ ਅਤੇ ਨਾ ਉਮੀਦ ਸੀ, ਕਿਉਂਕਿ ਉਹਦਾ ਇੱਕ ਕਾਰਨ ਹੈ। ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਅਲੱਗ ਅਲੱਗ ਦੇਸ਼ ਹੈ ਦੁਨੀਆ ਦੇ, ਉਹਨਾਂ ਦਾ ਆਪਸ ਵਿੱਚ ਹੀ ਇੱਕ ਪ੍ਰੋਟੋਕੋਲ ਜਾਂ ਇੱਕ ਸਮਝੌਤਾ, ਇੱਕ ਗੱਲ ਉਹ ਮੰਨ ਕੇ ਚੱਲ ਰਹੇ ਨੇ ਕਿ ਹਰ ਦੇਸ਼ ਆਪਦੀਆਂ ਹੱਦਾਂ ਦੇ ਅੰਦਰ ਉਹਨੂੰ ਪੂਰਨ ਅਧਿਕਾਰ ਹੈ, ਜਿਹਨੂੰ ਸੋਵਰਨ ਅਸੀਂ ਕਹਿੰਦੇ ਹਾਂ, ਸੋਵਰੇਨਿਟੀ। ਸੋ ਉਸ ਦੇਸ਼ 'ਚ ਕੋਈ ਬਾਹਰਲਾ ਹੋਰ ਕੋਈ ਦੇਸ਼ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦਾ। ਇਹ ਕਾਨੂੰਨੀ ਤੌਰ 'ਤੇ ਪਰੰਪਰਾ ਦੇ ਤੌਰ 'ਤੇ ਵੀ ਇਹ ਵਰਜਿਤ ਹੈ। ਇਸ ਕਰਕੇ ਇਦੋਂ ਪਹਿਲਾਂ ਜਦੋਂ ਉੱਥੇ ਇੰਨੀ ਜੰਗ ਚੱਲ ਰਹੀ ਸੀ ਅਤੇ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਸਾਡੇ ਸ਼ਹੀਦ ਹੋ ਰਹੇ ਸੀ, ਇੱਥੇ ਬੈਠੇ ਇਹਨਾਂ ਮੁਲਕਾਂ 'ਚ, ਖਾਸ ਕਰਕੇ ਪੱਛਮ ਦੇ ਮੁਲਕਾਂ 'ਚ ਸਿੱਖ ਬੜੇ ਬੇਖੌਫ ਹੋ ਕੇ ਇੱਥੋਂ ਦੇ ਜੋ ਸੰਵਿਧਾਨ ਹੈ, ਇੱਥੇ ਜੋ ਆਜ਼ਾਦੀਆਂ ਦਿੱਤੀਆਂ ਗਈਆਂ ਉਹਦੀ ਉਹ ਪੂਰੀ ਵਰਤੋਂ ਕਰਦੇ ਹੋਏ ਇੱਥੇ ਆਪਦੀ ਗੱਲ ਬੜਾ ਖੁੱਲ੍ਹ ਕੇ ਅਤੇ ਆਜ਼ਾਦ ਰੂਪ 'ਚ ਕਹਿ ਲੈਂਦੇ ਸੀ। ਹੁਣ ਗੱਲ ਇੱਥੇ ਸਮਝਣ ਵਾਲੀ ਇਹ ਹੈ ਕਿ ਅਜਿਹਾ ਕੀ ਬਦਲ ਗਿਆ ਕਿ ਜਿਹੜੀ ਚੀਜ਼ ਪਹਿਲਾਂ ਨਹੀਂ ਕਦੇ ਵਾਪਰੀ ਅਤੇ ਨਾ ਜਿਹਦੀ ਪਹਿਲਾਂ ਕਿਤੇ ਤਵੱਕੋ ਕੀਤੀ ਗਈ ਸੀ, ਅਤੇ ਅਚਾਨਕ ਉਹ ਗੱਲ ਸਿਲਸਿਲਾ ਸ਼ੁਰੂ ਹੋ ਗਿਆ। ਇਸ ਤਬਦੀਲੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਗੱਲ ਸਾਡੇ ਵਾਸਤੇ ਮੇਰਾ ਖਿਆਲ ਕੋਈ ਸਮਝਣੀ ਔਖੀ ਨਹੀਂ
ਕਿ ਜਿਸ ਕਿਸਮ ਦੀ ਲੜਾਈ ਅਸੀਂ ਲੜ ਰਹੇ ਹਾਂ, ਜਿਸ ਕਿਸਮ ਦੇ ਦੁਸ਼ਮਣ ਦੇ ਨਾਲ ਸਾਡਾ ਵਾਹ ਪਿਆ ਹੋਇਆ, ਉਹ ਕੱਲਾ ਇਹ ਨਹੀਂ ਕਿ ਜ਼ਾਲਮ ਬਹੁਤ ਹੈ, ਉਹ ਸ਼ਾਤਰ ਵੀ ਹੈ, ਅਤੇ ਸ਼ਾਤਰ ਤੋਂ ਵੱਧ ਕੇ ਜਿਹੜੀ ਗੱਲ ਹੈ ਬਹੁਤ ਕਮੀਨਾ ਵੀ ਹੈ। ਸ਼ਾਤਰ ਹਾਕਮਾਂ ਨਾਲ ਤਾਂ ਪਹਿਲਾਂ ਵੀ ਵਾਹ ਪਏ ਨੇ, ਅੰਗਰੇਜ਼ਾਂ ਤੋਂ ਵੱਧ ਸ਼ਾਤਰ ਨਹੀਂ ਕੋਈ ਹੋ ਸਕਦਾ, ਕੋਈ ਕਮੀਨ ਵੀ ਨਹੀਂ ਕਰ ਸਕਦਾ, ਇਹ ਕਈ ਵਾਰ ਅੰਦਾਜ਼ੇ ਨਹੀਂ ਲੱਗ ਸਕਦੇ। ਸੋ ਇਸ ਕਰਕੇ ਜਿਹੜੀ ਤਬਦੀਲੀ ਕੀ ਆ ਗਈ, ਇਹ ਗੱਲ ਕਿਉਂ ਵਾਪਰ ਗਈ ਕਿ ਜਿਹੜੀਆਂ ਜਦੋਂ ਸਾਡੀ ਉੱਥੇ ਐਡੀ ਵੱਡੀ ਲੜਾਈ ਚੱਲ ਰਹੀ ਸੀ, ਜਿਹੜੀ ਏਰੀਆ ਦੀ ਸਰਕਾਰ ਉਦੋਂ ਵੀ ਇਹ ਕੁਛ ਨਹੀਂ ਕਰ ਸਕੀ, ਅੱਜ ਜਦੋਂ ਕਿ ਉੱਥੇ ਕੋਈ ਖੂਨ ਨਹੀਂ ਡੁੱਲ ਰਿਹਾ, ਇਹ ਨਹੀਂ ਕਿ ਉੱਥੇ ਕੋਈ ਹਥਿਆਰ ਚੁੱਕ ਕੇ ਲੜ ਰਿਹਾ, ਉੱਥੇ ਤਾਂ ਸਗੋਂ ਬੜੇ ਜਮਹੂਰੀ ਜਿਹੇ ਢੰਗ ਨਾਲ ਜੋ ਇੱਕ ਉਸਦੀਆਂ ਇਜਾਜ਼ਤ ਦਿੰਦਾ ਕਾਨੂੰਨ, ਉਹਦੇ ਹੱਦਾਂ ਦੇ ਵਿੱਚ ਰਹਿ ਕੇ ਆਪਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸੋ ਉਸ ਮੌਕੇ ਇਹਨਾਂ ਨੂੰ ਕੀ ਗੱਲ, ਇਹ ਲੋੜ ਕੀ ਪੈ ਗਈ ਸੀ ਕਿ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ, ਕਿ ਇਹਨਾਂ ਨੂੰ ਉਹਦੇ ਜਿਹੜੇ ਆਪਾਂ ਕਹਿੰਦੇ ਨਤੀਜੇ ਵੀ ਕੀ ਨਿਕਲਣਗੇ, ਕੀ ਭੁਗਤਣੇ ਪੈਣਗੇ, ਇਹਦਾ ਕੋਈ ਗਿਆਨ ਨਹੀਂ ਸੀ। ਇੱਥੇ ਆ ਕੇ ਮਨ 'ਚ ਸਵਾਲ ਖੜ੍ਹਾ ਹੁੰਦਾ ਵੀ ਫਿਰ ਸਿਆਣੇ ਕਿਹੜੇ ਹੋਏ, ਛਾਤਰ ਕਿਹੜੇ ਹੋਏ, ਇਹ ਤਾਂ ਬਦ ਦਿਮਾਗ ਹੈ ਜਿਹਨਾਂ ਨੂੰ ਇੰਨੀ ਗੱਲ ਦਾ ਪਤਾ ਨਹੀਂ ਸੀ ਵੀ ਜੇ ਅਸੀਂ ਅਮਰੀਕਾ ਕਨੇਡਾ 'ਚ ਜਾ ਕੇ ਇਹੋ ਜਿਹਾ ਕੋਈ ਕਾਰਵਾਈ ਕਰਾਂਗੇ ਤਾਂ ਅਗਲੇ ਉਸਨੂੰ ਐਂ ਚੁੱਪ ਕਰਕੇ ਥੋੜ੍ਹਾ ਸਹਿਣ ਕਰ ਲੈਣਗੇ। ਸੋ ਗੱਲ ਬਦ ਦਿਮਾਗ ਦੀ ਨਹੀਂ, ਇੱਥੇ ਗੱਲ ਇੱਕ ਸਮਝਣ ਵਾਲੀ ਹੋਰ ਹੈ, ਦਿਮਾਗ ਬਥੇਰੇ ਛਾਤਰ ਆ ਉਹਨਾਂ ਦੇ, ਗੱਲ ਕੀ ਹੈ ਉਹਦੀ ਤਹਿ ਤੱਕ ਸਾਨੂੰ ਜਾਣਾ ਚਾਹੀਦਾ। ਇਸ ਤੋਂ ਪਹਿਲਾਂ ਮੋਦੀ ਸਰਕਾਰ ਤੋਂ ਪਹਿਲਾਂ ਜਿਹੜੀਆਂ ਕਾਂਗਰਸ ਦੀ ਜਾਂ UPA ਦੀ ਸਰਕਾਰ ਸੀ, ਉਹ ਵੀ ਸਾਡੀ ਕੋਈ ਬਹੁਤ ਸਖੀ ਨਹੀਂ ਸੀ ਕਿ ਸਾਡੀ ਦੋਸਤ ਹੋਵੇ ਤਾਂ ਸਾਡਾ ਭਲਾ ਕਰਨਾ ਚਾਹੁੰਦੀ ਹੋਵੇ, ਉਹਦਾ ਵੀ ਰਵੱਈਆ ਸਾਡੇ ਪ੍ਰਤੀ ਦੁਸ਼ਮਣਾ ਨਹੀਂ ਸੀ। ਪਰ ਉਹਨਾਂ ਦੇ ਰਾਜ ਦੇ ਵਿੱਚ ਇੱਥੇ ਇਹ ਗੱਲ ਨਹੀਂ ਹੋ ਸਕਦੀ ਸੀ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਜੇ ਅਮਰੀਕਾ ਜਾਂ ਕਨੇਡਾ ਜਾਂ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਜਾਂ ਪੱਛਮ ਦੇ ਕਿਸੇ ਵੀ ਦੇਸ਼ 'ਚ ਜਾ ਕੇ ਅਸੀਂ ਇਹੀ ਜਿਹੀ ਕੋਈ ਕਾਰਵਾਈ ਕਰਾਂਗੇ ਤਾਂ ਉੱਥੋਂ ਦੀਆਂ ਸਰਕਾਰਾਂ ਨੇ ਇਹ ਗੱਲ ਸਹਿਣ ਨਹੀਂ ਕਰਨੀ, ਕਿਉਂਕਿ ਜੋ ਪ੍ਰੋਟੋਕੋਲ ਹੈ, ਜੋ ਦਸਤੂਰ ਚੱਲਦਾ, ਉਹਦੀ ਉਲੰਘਣਾ ਹੋ, ਅਤੇ ਉਹਨਾਂ ਨੇ ਇਹੋ ਜਿਹੀ ਉਲੰਘਣਾ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਸੀ, ਪਤਾ ਇਹਨਾਂ ਨੂੰ ਵੀ ਸੀ, ਇਹ ਨਹੀਂ ਕਿ ਇਹਨਾਂ ਨੂੰ ਕੋਈ ਪਤਾ ਨਹੀਂ, ਪਰ ਇਹ ਕਹਿ ਲਓ ਕਿ ਇਹਨਾਂ ਨੇ ਪਰਵਾਹ ਨਹੀਂ ਕੀਤੀ। ਹੁਣ ਜਿਹੜੀ ਇਹ ਸੋਚ ਹੈ ਕਿ ਕੋਈ ਪਰਵਾਹ ਹੀ ਨਾ ਕਰਨੀ, ਇਹ ਮਾਰਕੇਬਾਜ਼ੀ ਕਿੱਥੋਂ ਆਉਂਦੀ ਹੈ? ਇਹਦੇ 'ਚੋਂ ਸਮਝਣ ਵਾਲੀ ਗੱਲ ਜਿਹੜੀ ਬੁਨਿਆਦੀ ਉਹ ਇਹ ਹੈ ਕਿ ਜਿਹੜੀ UPA ਸਰਕਾਰ ਸੀ ਜਾਂ ਮਨਮੋਹਨ ਸਿੰਘ ਦੀ ਸੀ ਜਾਂ ਰਾਜੀਵ ਗਾਂਧੀ ਦੀ ਸੀ ਕਾਂਗਰਸ ਦੀ, ਉਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਬਹੁਤ ਧਰਮ ਨਿਰਪੱਖ ਸੀ, ਹੈ ਉਹ ਵੀ ਹਿੰਦੂ ਤਬਦੀ ਨੂੰ ਪ੍ਰਮੋਟ ਹੀ ਕਰਦੇ ਸੀਗੇ, ਪਰ ਉਹਨੂੰ ਆਪਾਂ ਕਹਿੰਦੇ ਸੀ ਸੌਫਟ ਹਿੰਦੂਇਜ਼ਮ, ਬੜੇ ਨਰਮ ਦੇ ਤਰੀਕੇ ਨਾਲ ਉਹ ਉਸ ਗੱਲ ਨੂੰ ਅੱਗੇ ਲਿਜਾਂਦੇ ਸੀ। ਇਹ ਜਿਹੜੀ BJP ਹੈ ਜਾਂ ਮੋਦੀ ਹੈ, ਇਹਨਾਂ ਦੀ ਜੋ ਮਾਨਸਿਕਤਾ ਹੈ ਇਹ ਸੌਫਟ ਨਹੀਂ, ਇਹ ਉਸੇ ਵਿਚਾਰਧਾਰਾ ਨੂੰ ਬਹੁਤ ਅਗਰੈਸਿਵਲੀ ਅਤੇ ਓਪਨਲੀ ਅਤੇ ਐਰੋਗੈਂਟਲੀ ਅੱਗੇ ਲਿਜਾਣਾ ਚਾਹੁੰਦੇ।
ਸੋ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਐਰੋਗੈਂਸ ਹੋਵੇ, ਇੰਨਾ ਅਗਰੈਸਿਵ ਹੋਵੇ, ਉਹਨਾਂ ਦੀ ਇੱਕ ਕਮਜ਼ੋਰੀ ਹੁੰਦੀ ਹੈ ਕਿ ਉਹ ਕਦੇ ਵੀ ਆਪਣੀ ਤਾਕਤ ਅਤੇ ਆਪਣੀ ਹੈਸੀਅਤ ਦਾ ਠੀਕ ਅਨੁਮਾਨ ਨਹੀਂ ਲਾ ਸਕਦੇ। ਆਹੀ ਉਹਨਾਂ ਦੀ ਕਮਜ਼ੋਰੀ ਹੁੰਦੀ ਹੈ, ਜਿੱਥੋਂ ਉਹਨਾਂ ਦੀ ਫਿਰ ਅਖੀਰ ਨੂੰ ਹਾਰ ਹੁੰਦੀ ਹੈ ਜਾਂ ਮੌਤ ਹੁੰਦੀ ਹੈ। ਕਿਉਂਕਿ ਜੰਗ ਦਾ ਇਹ ਇੱਕ ਅਸੂਲ ਹੈ ਕਿ ਜਿਹੜੀ ਵੀ ਆਪਦੀ ਤਾਕਤ ਦਾ ਸਹੀ ਅਨੁਮਾਨ ਨਾ ਲਾ ਸਕੀ ਅਤੇ ਕੋਈ ਇਹੋ ਜਿਹਾ ਕਦਮ ਚੁੱਕ ਲਏ ਜਿਹਦੇ ਤੋਂ ਕਿ ਉਹ ਹੋਵੇ ਨਾ, ਜਿਹਦੇ ਉਹ ਨਿਭ ਨਾ ਸਕੇ, ਫਿਰ ਉਹਨੂੰ ਉਹਦਾ ਨੁਕਸਾਨ ਝੱਲਣਾ ਪੈਂਦਾ। ਸੋ ਜਿੱਥੇ ਆਪਾਂ ਸੋਫਟ ਹਿੰਦੂਇਜ਼ਮ ਅਤੇ ਹਾਰਡ ਹਿੰਦੂਇਜ਼ਮ ਦੀ ਗੱਲ ਕਰਦੇ ਹਾਂ, ਜਿੰਨੇ ਵੀ ਨਰਮ ਦਲੀਏ ਹੁੰਦੇ ਨੇ ਉਹਨਾਂ ਦੀ ਇੱਕ ਉਹਨਾਂ ਦੇ ਵਿੱਚ ਗੁਣ ਲੱਛਣ ਹੁੰਦਾ ਹੈ ਕਿ ਉਹਨਾਂ ਨੂੰ ਆਪਦੀ ਤਾਕਤ ਅਤੇ ਹੈਸੀਅਤ ਉਹਦਾ ਸਹੀ ਅਨੁਮਾਨ ਹੁੰਦਾ। ਪਰ ਜਿੰਨੇ ਵੀ ਬੰਦੇ ਗਰਮ ਹੋਣਗੇ, ਉੱਬਲਦੇ, ਭਾਵੇਂ ਨਫ਼ਰਤ ਨਾਲ ਭਾਵੇਂ ਕਿਸੇ ਵੀ ਚੀਜ਼ ਨਾਲ, ਉਹ ਗਰਮ ਮਿਜਾਜ ਬੰਦੇ ਦਾ ਇਹ ਇੱਕ ਕਮਜ਼ੋਰੀ ਹੁੰਦੀ ਹੈ, ਉਹ ਆਪਦੀ ਤਾਕਤ ਅਤੇ ਆਪਦੀ ਹੈਸੀਅਤ ਦਾ ਹਮੇਸ਼ਾ ਹੀ ਵਧਵਾਂ ਅਨੁਮਾਨ ਲਾ। ਇਸ ਕਰਕੇ ਜਿਹੜੇ ਇਸ ਕਿਸਮ ਦੇ ਕਤਲ ਹੈ, ਇਹਨਾਂ ਨੇ ਦੇਖਿਆ ਇੰਡੀਆ ਦੀ ਸਰਕਾਰ ਨੇ ਕਿ ਇਜ਼ਰਾਈਲ ਵੀ ਤਾਂ ਜਾ ਕੇ ਕਰਦਾ ਹੀ ਹੈ ਕੁਛ ਦੇਸ਼ਾਂ ਦੇ ਵਿੱਚ, ਅਮਰੀਕਾ ਵੀ ਕਰਦਾ, ਰੂਸ ਵੀ ਕਰਦਾ, ਅਤੇ ਜੇ ਉਹ ਕਰਦੇ ਨੇ ਅਸੀਂ ਕਿਉਂ ਨਹੀਂ ਕਰ ਸਕਦੇ। ਬਸ ਆਹ ਨੁਕਤਾ ਹੈ ਜਿਹੜਾ ਸਮਝਣ ਵਾਲਾ ਹੈ ਕਿ ਅਮਰੀਕਾ, ਇਜ਼ਰਾਈਲ ਜਾਂ ਰੂਸ, ਉਹਨਾਂ ਦੀ ਤਾਕਤ ਕਿੰਨੀ ਹੈ, ਅਤੇ ਜਿਹੜੀ ਇੰਡੀਅਨ ਸਟੇਟ ਹੈ ਉਹਦੀ ਔਕਾਤ ਕਿੰਨੀ ਕੁ ਹੈ। ਇਹ ਇੱਕ ਫਰਕ ਹੈ ਬੀਜੇਪੀ ਦਾ ਜਾਂ RSS ਦਾ ਜਾਂ ਜਿਹੜੇ ਹਿੰਦੂ ਤਵੀ ਹੈ ਕਿ ਉਹ ਹਮੇਸ਼ਾ ਹੀ ਉਹਨਾਂ 'ਚ ਜਿਹੜੀ ਦੋ ਲੱਛਣ, ਜਦੋਂ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਕੱਟੜ ਹਿੰਦੂਵਾਦ ਉੱਭਰੂਗਾ, ਇਤਿਹਾਸ 'ਚ ਪਹਿਲਾਂ ਵੀ ਹੁੰਦਾ ਆਇਆ ਇਸ ਤਰ੍ਹਾਂ ਦਾ, ਉਹਦੇ ਦੋ ਲੱਛਣ ਬਹੁਤ ਅਹਿਮ ਹੁੰਦੇ ਨੇ। ਇੱਕ ਤਾਂ ਇਹ ਵੀ ਜਦੋਂ ਵੀ ਕੱਟੜ ਹਿੰਦੂਵਾਦ ਉੱਭਰੂ ਉਹਦੇ ਨਾਲ ਜਿਹੜਾ ਜਾਤ ਪ੍ਰਸਤੀ ਹੈ ਉਹ ਬਹੁਤ ਜ਼ਿਆਦਾ ਸਿਰ ਚੁੱਕਦੀ ਹੈ, ਉਹਨਾਂ ਦੇ ਵਿੱਚ ਜਾਤ ਹੰਕਾਰ ਜਿਹੜਾ ਨਾ, ਕਿਉਂਕਿ ਕੁੱਟ ਕੁੱਟ ਕੇ ਭਰਿਆ ਪਿਆ ਉਹਨਾਂ ਦੇ ਸਾਰੇ ਧਰਮ ਗ੍ਰੰਥਾਂ ਅਤੇ ਸਾਰੇ ਮਿਥਿਹਾਸ 'ਚ ਪਿਆ। ਜੇ ਏਕ ਨਵਿਆਂ ਦਾ ਅੰਗੂਠਾ ਕੱਟਿਆ ਜਾ ਸਕਦਾ, ਜੇ ਕਿਸੇ ਨੇ ਵੇਦ ਸੁਣ ਲਿਆ ਸ਼ੂਦਰ ਨੇ, ਜੇ ਉਹਦੇ ਕੰਨਾਂ ਦੇ ਵਿੱਚ ਸਿੱਕਾ ਪਗਲਾ ਕੇ ਪਾਇਆ ਜਾ ਸਕਦਾ, ਜੇ ਕਿਸੇ ਨੂੰ ਮਾੜੀ ਜਿਹੀ ਗੱਲ ਦੇ ਉੱਤੇ ਮਤਲਬ ਸਾੜਿਆ ਜਾ ਸਕਦਾ, ਕਤਲ ਕੀਤਾ ਜਾ ਸਕਦਾ, ਸਿਰਫ ਇਸ ਕਰਕੇ ਕਿ ਉਹ ਨੀਵੀਂ ਜਾਤ ਦਾ। ਸੋ ਜਿਹੜਾ ਜਾਤ ਹੰਕਾਰ ਹੈ ਨਾ, ਇਹ ਬਹੁਤ ਜ਼ਿਆਦਾ ਹੰਕਾਰ ਦੇ ਵਿੱਚ ਬੰਦਾ ਹੰਕਾਰਿਆ ਬੰਦਾ ਕਦੇ ਵੀ ਆਪਦੀ ਔਕਾਤ ਦੇ ਵਿੱਚ ਨਹੀਂ ਰਹਿ ਸਕਦਾ, ਉਹ ਹਮੇਸ਼ਾ ਹੀ ਇਹੋ ਜਿਹਾ ਕੁਛ ਕਰੂਗਾ। ਇਸ ਕਰਕੇ ਇਹ ਜਿਹੜੀ ਸਰਕਾਰ ਹੈ, ਤੁਸੀਂ ਹੁਣ ਦੇਖਿਆ ਹੋ ਉੱਥੇ ਇੰਡੀਆ ਦੇ ਵਿੱਚ ਜਿਹੜੀ ਇਹ ਜਾਤ ਪਾਤੀ ਜਬਰ ਹੈ, ਆਦਿਵਾਸੀਆਂ ਤੋਂ ਲੈ ਕੇ ਬਾਕੀ ਹੋਰ ਜਿਹੜੇ ਪਛੜੇ, ਇੱਕ ਤਾਂ ਹੈ ਨਾ ਧਾਰਮਿਕ ਘੱਟ ਗਿਣਤੀਆਂ 'ਤੇ ਜ਼ੁਲਮ, ਉਹ ਵੀ ਇਹਦਾ ਲੱਛਣ ਹੈ ਕਿ ਇੱਕ ਜਿਹੜੀ ਹੈਗੀ ਹੈ ਕਿ ਆਪਦੇ ਆਪ ਨੂੰ ਸੈਂਸ ਆਫ ਸੁਪੀਰੀਅਰਿਟੀ ਵੀ ਅਸੀਂ ਹਿੰਦੂ ਬਹੁਤ ਉੱਤਮ, ਅਤੇ ਜਿਹਦੇ 'ਚੋਂ ਦੂਜੇ ਧਰਮਾਂ ਪ੍ਰਤੀ ਵੀ ਇੱਕ ਇਸ ਕਿਸਮ ਦੀ ਤਿਰਸਕਾਰ ਦੀ ਭਾਵਨਾ ਵੀ ਇਹ ਕੀ ਇਹ ਤਾਂ ਤੁੱਛ, ਦੂਜੇ ਧਰਮਾਂ ਪ੍ਰਤੀ ਵੀ ਅਤੇ ਖਾਸ ਕਰਕੇ
ਜਿਹੜੇ ਇਹਨਾਂ ਦੇ ਉਹ ਉੱਚ ਜਾਤੀ ਜਿਹੜੇ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਵੀ ਬ੍ਰਾਹਮਣ ਹੈ, ਖੱਤਰੀ ਹੈ, ਠਾਕਰ, ਰਾਜਪੂਤ, ਵੀ ਜਿਹੜੇ ਉਹਦੇ ਵਿੱਚ ਨਹੀਂ ਆਉਂਦੇ ਉਹ ਉਹ ਐਕਚੁਅਲੀ ਤਾਂ ਉਹਨਾਂ ਦੀ ਨਜ਼ਰ ਵਿੱਚ ਤਾਂ ਉਹ ਬੰਦੇ ਹੀ ਨਹੀਂ, ਵੀ ਉਹਨਾਂ ਨਾਲ ਕੁਛ ਵੀ ਕੀਤਾ ਜਾ ਸਕਦਾ। ਸੋ ਇਹ ਕੁਛ ਵੀ ਉੱਥੇ ਹੋਰ ਹੈ। ਤੋ ਇਹ ਜਿਹੜੀ ਸੈਂਸ ਆਫ ਸੁਪੀਰੀਅਰਟੀ ਹੈ ਉਹਦੇ 'ਚੋਂ ਇਹਨਾਂ ਦੇ ਵਿੱਚ ਇੱਕ ਜਿਹੜੀ ਵੱਡੀ ਵੱਡੀ ਖਾਹਿਸ਼ ਜਾਗ ਪਈ, ਓਵਰ ਅੰਬੀਸ਼ੀਅਸ, ਕਿ ਜਿਵੇਂ ਰੂਸ ਅਤੇ ਅਮਰੀਕਾ ਵੱਡੀਆਂ ਤਾਕਤਾਂ ਜਾਂ ਜਿਵੇਂ ਇਜ਼ਰਾਈਲ ਹੈ ਜਿਨ੍ਹਾਂ ਤੋਂ ਬਾਕੀ ਸਾਰੇ ਡਰਦੇ ਨੇ, ਅਸੀਂ ਉਹੋ ਜਿਹੇ ਬਣੀਏ, ਜਿਹਨੂੰ ਕਹਿੰਦੇ ਨੇ ਬਿਗ ਬੋਇਜ਼ ਕਲੱਬ, ਉਹਨਾਂ ਦੇਸ਼ਾਂ ਦੀ ਕਤਾਰ 'ਚ ਖੜ੍ਹੇ ਹੋਏ। ਔਕਾਤ ਭੁੱਲ ਜਾਂਦੇ ਆਪ ਦੀ ਵੀ ਅਸੀਂ ਕੀਤਾ ਕੀ ਹੈ, ਸਾਡੇ ਪੱਲੇ ਕੀ ਹੈ। ਆਰਥਿਕ ਤੌਰ 'ਤੇ ਦੇਖ ਲਓ, ਬਾਕੀ ਥਾਵਾਂ 'ਤੇ ਦੇਖ ਲਓ, ਵੀ ਭੁੱਖੇ ਮਰਦੇ ਹੋ, ਕਿੰਨੀ ਜਹਾਲਤ ਹੈ ਦੇਸ਼ ਦੇ ਵਿੱਚ, ਕਿੰਨਾ ਪਛੜਾਪਣ ਹੈ, ਕੀ ਕੁਛ ਚੱਲ ਰਿਹਾ, ਕਿਹੜੀ ਪ੍ਰਾਪਤੀ ਹੈ ਜਿਹਤੇ ਤੁਸੀਂ ਮਾਣ ਕਰ ਸਕੋ, ਅਤੇ ਸੁਪਨੇ ਲੈਣੇ ਵਿਸ਼ਵ ਗੁਰੂ ਬਣੇ। ਇਹ 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 ਜਿਹੜਾ ਪ੍ਰਕਾਸ਼ ਹਿੰਦੂ ਹੈ ਉਹਦੀ ਇਹ ਪ੍ਰੋਬਲਮ ਹੈ, ਕਿਉਂਕਿ ਆਪਣੇ ਆਪ ਨੂੰ ਉੱਤਮ ਸਮਝਦਾ। ਇਹ ਵਿਵੇਕਾਨੰਦ ਵੀ ਜਦੋਂ ਸਾਰੀ ਦੁਨੀਆ ਦੇ ਧਰਮਾਂ ਦਾ ਸੰਮੇਲਨ ਹੋਇਆ ਸੀ ਸ਼ਿਕਾਗੋ 'ਚ ਜਾ ਕੇ ਬੋਲਿਆ ਸੀਗਾ, ਉੱਥੇ ਵੀ ਉਹਨੇ ਇਹ ਤਾਂ 150 ਸਾਲ ਹੋ ਗਏ ਉਹਨਾਂ ਗੱਲਾਂ ਨੂੰ, ਉੱਥੇ ਵੀ ਉਹਨੇ ਵਿਸ਼ਵ ਗੁਰੂ ਦੇ ਸੀ, ਜਿਹੜਾ ਹਿੰਦੂ ਧਰਮ ਹੈ ਇਹ ਦੁਨੀਆ ਦਾ ਸਭ ਤੋਂ ਉੱਤਮ ਧਰਮ ਹੈ। ਸੋ ਇਹਨਾਂ ਦੀ ਜਦੋਂ ਥੋੜ੍ਹੀ ਜਿਹੀ ਵੀ ਕਿਤੇ ਹਕੂਮਤ 'ਚ ਆ ਗਏ, ਤਾਕਤ 'ਚ ਆ ਗਏ, ਇਹ ਹੁਣ ਇੱਕ ਫਰਕ ਪੈਂਦਾ ਵੀ ਮਨ ਦੇ ਵਿੱਚ ਇਹਨਾਂ ਦੇ ਕੀ ਕੁਛ ਆਉਂਦਾ। ਕਦੇ ਇਹ ਨਹੀਂ ਆਊ ਕਿ ਇਸ ਤਾਕਤ ਦੀ ਵਰਤੋਂ ਮਨੁੱਖਤਾ ਦੀ ਭਲਾਈ ਲਈ ਕਰ ਲਈਏ, ਲੋਕਾਂ ਦਾ ਕੋਈ ਭਲਾ ਕਰ ਲਈਏ। ਜਿਵੇਂ ਸਿੱਖ ਦੇ ਵਿੱਚ ਹੈ, ਜੋ ਗੁਰੂ ਸਾਹਿਬ ਨੇ ਸਾਨੂੰ ਭਾਵਨਾ ਭਰੀ ਪਈ ਹੈ, ਹੁਣ ਅਸੀਂ ਜਗ੍ਹਾ ਜਗ੍ਹਾ ਜਾ ਕੇ ਕਿਤੇ ਕੁਦਰਤੀ ਆਫਤ ਆਉਂਦੀ ਹੈ, ਕੁਛ ਹੋਰ ਆਉਂਦੀ ਹੈ, ਕਿਵੇਂ ਸਿੱਖ ਆਪ ਮਾਰੀ ਉੱਠ ਕੇ ਉਹ ਸੇਵਾ ਦੇ ਵਿੱਚ ਜੁੱਟ ਜਾਂਦੇ। ਆਪਾਂ ਕਿੰਨੀਆਂ ਖਬਰਾਂ ਆਈਆਂ ਸੀ ਕਿ ਜਦੋਂ ਇੱਕ ਵਾਰ ਇੱਥੇ ਦੁਰਾਹੇ ਦੇ ਕੋਲ ਗੱਡੀਆਂ ਦਾ ਐਕਸੀਡੈਂਟ ਹੋਇਆ ਸੀ, ਰੇਲ ਗੱਡੀਆਂ ਦਾ, ਅੱਧੀ ਰਾਤ ਨੂੰ, ਅਤੇ ਜਦੋਂ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗਿਆ ਉਹ ਕਿਵੇਂ ਇੱਕਦਮ ਕੋਈ ਦੁੱਧ ਲੈ ਕੇ ਪਹੁੰਚਿਆ, ਕੋਈ ਖਾਣਾ ਲਾ ਕੇ ਲੈ ਕੇ ਪਹੁੰਚਿਆ, ਫਟਾਫਟ ਜੋ ਜ਼ਖਮੀ ਆ ਉਹਨਾਂ ਨੂੰ ਉਹ ਹਸਪਤਾਲਾਂ 'ਚ ਲੈ ਗਏ। ਉਹੀ ਐਕਸੀਡੈਂਟ ਜਦੋਂ ਇਹਨਾਂ ਦੇ ਕਿਸੇ ਹਿੰਦੂ ਜਿਹੜਾ ਹੈਗਾ ਹਿੰਦੀ ਸਪੀਕਿੰਗ ਏਰੀਏ 'ਚ ਵਾਪਰਦਾ ਹੈ, ਉਹ ਇੱਕਦਮ ਮਤਲਬ ਵੀ ਉਹ ਲੁੱਟਣ ਪੈਂਦੇ, ਬਿਪਤਾ 'ਚ ਫਸੇ ਲੋਕਾਂ ਨੂੰ ਵੀ ਲੁੱਟਣ ਪੈਂਦੇ, ਸੇਵਾ ਦੀ ਬਜਾਏ ਵੀ ਉਹਨੂੰ ਲੁੱਟ ਲਓ। ਹੁਣ ਇਹ ਭਾਵਨਾ ਦਾ ਫਰਕ ਹੈ, ਇਹਨਾਂ ਦੇ ਨਹੀਂ ਭਰੀ ਗਈ ਇਹ ਜੀ, ਇਹਨਾਂ ਦਾ ਅਜਿਹਾ ਇਤਿਹਾਸ ਨਹੀਂ ਜਿੱਥੇ ਕਿਸੇ ਵੱਡੇ ਆਦਰਸ਼ ਵਾਸਤੇ, ਵੱਡੇ ਕਾਜ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਹੋਣ, ਜਿੱਥੇ ਪੈਗੰਬਰ ਆਪ ਧਰਤੀ ਕਵੀ 'ਤੇ ਬੈਠੇ ਹੋਣ, ਜਾਂ ਚੌਂਕ ਦੇ ਵਿੱਚ ਸੀਸ ਕਟਾਏ ਹੋਣ, ਜਾਂ ਸਰਬੰਸ ਵਾਰ 'ਤੇ ਹੋਣ, ਕਦੇ ਵੀ ਕਿਸੇ ਵੱਡੇ ਕਾਜ ਵਾਸਤੇ, ਆਪਣੇ ਰਾਜ ਨੂੰ ਬਚਾਉਣ ਵਾਸਤੇ, ਆਪਣੇ ਹਿੱਤਾਂ ਨੂੰ ਬਚਾਉਣ ਵਾਸਤੇ, ਉਹ ਤਾਂ ਸਾਰੀ ਦੁਨੀਆ ਕਰਦੀ ਹੈ ਨਾ। ਜਿਹੜੀ ਗੱਲ ਵੱਖਰੀ ਹੈ ਜਿਹਤੇ ਮਾਣ ਕੀਤਾ ਜਾ ਸਕਦਾ ਹੈ ਉਹ ਇਹ ਹੈ ਕਿ ਦੂਸਰਿਆਂ ਵਾਸਤੇ, ਮਾਨਵਤਾ ਦੇ ਭਲੇ ਵਾਸਤੇ ਇੱਡੀ ਵੱਡੀ ਕੁਰਬਾਨੀ ਕਰਦੇ। ਸੋ ਇਹਨਾਂ ਦੇ ਵਿੱਚ ਉਹ ਕੁਛ ਹੈ ਹੀ ਨਹੀਂ।
ਇਸ ਕਰਕੇ ਜਦੋਂ ਹੀ ਇਹਨਾਂ ਦੀ ਤਾਕਤ ਆਊ ਇਹਨਾਂ ਦੇ ਹੱਥ ਦੇ ਵਿੱਚ, ਇਹਨਾਂ 'ਚ ਹੰਕਾਰ ਜਾਗੂ। ਅਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਕਾਂਗਰਸ ਤੋਂ ਬਾਅਦ BJP ਦਾ ਆਉਣਾ, ਭਾਵੇਂ ਮੂਲ ਰੂਪ 'ਚ ਦੋਹਾਂ ਦਾ ਕਰੈਕਟਰ ਇੱਕੋ ਹੀ ਹੋਵੇ, ਪਰ ਆਹ ਫਰਕ ਹੈ, ਉਹਨਾਂ ਨੂੰ ਪਤਾ ਸੀ ਆਪਦੀ ਔਕਾਤ 'ਚ ਰਹਿਣ ਦਾ, ਪਤਾ ਸੀ ਕਿ ਸਾਡੀ ਆਹ ਸੀਮਤਾਂ, ਅਸੀਂ ਇੱਥੋਂ ਰਹਿ ਕੇ ਇਸ ਤਰ੍ਹਾਂ ਚੱਲਣਾ। ਪਰ ਇਹ ਜਦੋਂ ਤਾਕਤ 'ਚ ਆਏ ਨਾ, ਤੁਸੀਂ ਮੋਦੀ ਦੇ ਬਿਆਨ ਦੇਖ ਲਓ, ਮਤਲਬ ਹਰ ਵੇਲੇ ਉਹਦੇ ਇਹੀ ਹੁੰਦਾ ਕਿ ਦੁਨੀਆਂ ਦੇ ਵਿੱਚ ਭਾਰਤ ਦਾ ਮਾਣ ਸਨਮਾਨ ਬਹੁਤ ਵੱਧ ਗਿਆ। ਹੁਣ ਉਹਦਾ ਪ੍ਰਮਾਣ ਕੀ? ਆਪ ਹੀ ਸੋਚ ਲਿਆ, ਆਪ ਹੀ ਉਹਦੀਆਂ ਮਤਲਬ ਫੜਾ ਮਾਰਨ ਲੱਗ ਗਏ, ਜਿਹਦਾ ਆਧਾਰ ਕੋਈ ਨਹੀਂ ਉਸ ਚੀਜ਼ ਦਾ। ਉਹ ਫਿਰ ਜਦੋਂ ਮਨ 'ਚ ਆਉਂਦੀ ਹੈ, ਤੁਸੀਂ ਵਾਰ ਵਾਰ ਰਿਪੀਟ ਕਰਦੇ ਹੋ, ਫਿਰ ਤੁਹਾਨੂੰ ਇੱਕ ਭਰਮ ਵੀ ਪੈਦਾ ਹੋ ਜਾਂਦਾ, ਤੁਸੀਂ ਇਹ ਬੰਦੇ ਦੀ ਕਮਜ਼ੋਰੀ ਹੈ। ਤੁਸੀਂ ਕਿਸੇ ਬੰਦੇ ਨੂੰ ਚਾਰ ਬੰਦੇ ਸਲਾਹ ਦੇਣ ਵੀ ਜਾਂ, ਤੂੰ ਬਹੁਤ ਸੋਹਣਾ ਲੱਗਦਾ, ਉਹ ਓਨਾ ਸੋਹਣਾ ਨਾ ਵੀ ਹੋਵੇ, ਉਹਨੂੰ ਭਰਮ ਹੋ ਜਾਂਦਾ ਵੀ ਮੈਂ ਵਾਕਈ ਹੈ। ਕੋਈ ਕਹਿ ਜੇ ਤੂੰ ਬਹੁਤ ਲਾਇਕ ਹੈ, ਉਹਨੂੰ ਵੀ ਭਰਮ ਹੋ ਜਾਂਦਾ। ਕੋਈ ਕਹਿ ਜੇ ਤੂੰ ਬਹੁਤ ਸੋਹਣਾ ਲਿਖਦਾ, ਤੂੰ ਬਹੁਤ ਸੋਹਣਾ ਬੋਲਦਾ, ਉਹਨਾਂ ਭਾਵੇਂ ਨਾ ਵੀ ਹੋਵੇ, ਪਰ ਉਹਨੂੰ ਭਰਮ ਹੋ ਜਾਂਦਾ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਇਹਨਾਂ ਨੂੰ ਇਹ ਭਰਮ ਹੋ ਗਿਆ ਸੀ ਜਾਂ ਅਜੇ ਵੀ ਹੈ, ਅਜੇ ਪੂਰਾ ਨਹੀਂ ਟੁੱਟਿਆ, ਕਿ ਅਸੀਂ ਦੂਜੇ ਦੇਸ਼ਾਂ ਵਰਗੇ ਹੀ ਹਾਂ, ਜਿਹੜੇ ਤਾਕਤਵਰ ਦੇਸ਼ ਹਨ, ਜਿਹਨੂੰ ਬਿੱਗ ਬੋਇਜ਼ ਕਲੱਬ ਕਹਿੰਦੇ ਹਨ, ਵੀ ਅਸੀਂ ਅਮਰੀਕਾ ਅਤੇ ਇਜ਼ਰਾਈਲ ਅਤੇ ਰੂਸ ਇਹਨਾਂ ਦੇਸ਼ਾਂ ਵਾਂਗੂ ਅਸੀਂ ਆਪਦੀ ਤਾਕਤ ਦਾ ਇੱਕ ਜਿਵੇਂ ਹੁੰਦਾ ਨਾ ਲੋਹਾ ਮਨਵਾਉਣਾ ਦੁਨੀਆ ਤੋਂ, ਇਹ ਇਹਨਾਂ ਦੇ ਮਨ ਦੇ ਵਿੱਚ। ਹੁਣ ਜੇ ਤਾਂ ਉਹਦਾ ਕੋਈ ਆਧਾਰ ਹੋਵੇ ਫਿਰ ਤਾਂ ਚਲੋ ਕੋਈ ਗੱਲ ਨਹੀਂ, ਜਦੋਂ ਆਧਾਰ ਨਹੀਂ ਤਾਂ ਇਹ ਗੱਲ ਪੁੱਠੀ ਪੈਂਦੀ ਹੈ ਫਿਰ। ਪਰ ਆਪਦੀ ਔਕਾਤ ਭੁੱਲ ਜਾਣੀ, ਇਹ ਹਮੇਸ਼ਾ ਹੀ ਬੰਦੇ ਵਾਸਤੇ, ਬੰਦਾ ਹੋਵੇ, ਕੋਈ ਦੇਸ਼ ਹੋਵੇ, ਕੌਮ ਹੋਵੇ, ਔਕਾਤ 'ਚ ਨਾ ਰਹਿਣਾ, ਉਹ ਫਿਰ ਮਾਰ ਖਾਣੀ ਖਾਣੀ ਹੈ। ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਜਿਹੜੀਆਂ ਗੱਲਾਂ ਅਸੀਂ ਪਹਿਲਾਂ ਇੱਥੇ ਕਦੇ ਸੋਚੀਆਂ ਨਹੀਂ ਸੀ ਜਾਂ ਤਵੱਕੋ ਨਹੀਂ ਸੀ ਕਿ ਇੱਥੇ ਵੀ ਇਹ ਹੋ ਸਕਦਾ, ਉਹਦਾ ਕਾਰਨ ਇਹ ਸੀ ਕਿ ਸਾਨੂੰ ਪਤਾ ਸੀ ਕਿ ਦੁਨੀਆ ਇਹ ਚੱਲਦੀ ਆ, ਇੱਕ ਦੂਜੇ ਦੇ ਦੇਸ਼ 'ਚ ਜਾ ਕੇ ਇਸ ਤਰ੍ਹਾਂ ਨਹੀਂ ਹੁੰਦਾ। ਚਲੋ ਪਾਕਿਸਤਾਨ 'ਚ ਗੱਲ ਸਮਝ ਆਉਂਦੀ ਆ, ਕਿਉਂਕਿ ਜੇ ਅਮਰੀਕਾ ਕਿਤੇ ਕਰਦਾ ਜਾਂ ਇਜ਼ਰਾਈਲ ਕਰਦਾ ਜਾਂ ਰੂਸ ਕਰਦਾ, ਇਹਨਾਂ ਕੋਲ ਤਾਕਤ ਹੈ, ਇਹਨਾਂ ਦਾ ਕੋਈ ਕੁਛ ਕਰ ਨਹੀਂ ਸਕਦਾ। ਅਤੇ ਜਿਹਦੇ ਕੋਲ ਤਾਕਤ ਉਹਨੀ ਹੈਣੀ ਅਤੇ ਪੰਗਾ ਜਾ ਕੇ ਲੈਣਾ, ਮਤਲਬ ਉਹਨਾਂ ਦੇਸ਼ਾਂ 'ਚ ਖਾਸ ਕਰਕੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਆ ਕੇ ਜਾਂ ਇੰਗਲੈਂਡ ਦੇ ਵਿੱਚ ਅਜਿਹੀਆਂ ਕਾਰਵਾਈਆਂ ਕਰਨੀਆਂ, ਉਹ ਫਿਰ ਪੁੱਠੀਆਂ ਪੈਣੀਆਂ ਸੀ। ਸੋ ਮੈਨੂੰ ਇਹ ਲੱਗਦਾ ਕਿ ਇਹ ਜੋ ਸਾਡੇ 3 ਸਿੰਘ ਸ਼ਹੀਦ ਹੋਏ ਨੇ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਵਤਾਰ ਸਿੰਘ ਖੰਡਾ, ਇਹਨਾਂ ਪ੍ਰਤੀ ਆਪਾਂ ਦੋ ਤਰ੍ਹਾਂ ਦੇ ਦ੍ਰਿਸ਼ਟੀਕੋਣ ਅਪਣਾਓ। ਇੱਕ ਤਾਂ ਇਹ ਕਿ ਸਾਡੀਆਂ ਇੰਨੀਆਂ ਕੀਮਤੀ ਜ਼ਿੰਦਗੀਆਂ ਦਾ ਚਲੇ ਜਾਣਾ, ਇਹਦਾ ਅਫਸੋਸ ਹੁੰਦਾ ਹੀ ਹੁੰਦਾ, ਕਿ ਕੋਈ ਆਮ ਬੰਦੇ ਨਹੀਂ ਸੀ ਉਹ, ਉਹਨਾਂ ਨੇ ਬਹੁਤ ਕੁਛ ਜ਼ਿੰਦਗੀ 'ਚ ਕੀਤਾ ਹੋਇਆ ਸੀ ਅਤੇ ਜੇ ਕਰਨਾ ਸੀ ਬਹੁਤ ਕੁਛ, ਬੜੀਆਂ ਸੁਭਾਵਨਾਵਾਂ ਸੀ, ਅਤੇ ਇਹੋ ਜਿਹੇ ਸਿੰਘ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ। ਇਸ ਪੱਖੋਂ ਤਾਂ ਆਪਾਂ ਕਹਿ ਸਕਦੇ ਹਾਂ ਵੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਇੱਕ ਤਾਂ ਇਹ ਦ੍ਰਿਸ਼ਟੀਕੋਣ ਹੈ, ਇੱਕ ਇਹ ਹੈ ਕਿ ਇਹਨਾਂ ਸ਼ਹਾਦਤਾਂ ਨੇ ਸਾਡੇ ਵਾਸਤੇ ਹਾਲਤ ਸਾਜ਼ਗਾਰ ਕਿੰਨੇ ਪੈਦਾ ਕਰਦੇ,
ਅਤੇ ਸਾਡਾ ਦੁਸ਼ਮਣ ਉਹ ਅੱਜ ਦੁਨੀਆ ਦੀਆਂ ਨਜ਼ਰਾਂ 'ਚ, ਇਹਨਾਂ ਦੇਸ਼ਾਂ ਦੀਆਂ ਨਜ਼ਰਾਂ 'ਚ, ਕਿਉਂਕਿ ਸਾਨੂੰ ਜਿਹੜੀ ਗੱਲ ਦਾ ਘਾਟਾ ਸੀ, ਜਿਹੜੀ ਗੱਲ ਦੀ ਸਾਨੂੰ ਟੋਟ ਮਹਿਸੂਸ ਹੋ ਰਹੀ ਸੀ, ਜਦੋਂ ਸਾਡਾ ਉੱਥੇ ਸੰਘਰਸ਼ ਜਿਹੜਾ ਆਪਣੇ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਚੱਲਿਆ, ਜਦੋਂ ਉਹ ਪੀਕ 'ਤੇ ਸੀ, ਜਦੋਂ ਆਪਾਂ ਇਹ ਕਹਿ ਲਓ ਕਿ ਤਕਰੀਬਨ ਰਾਤ ਨੂੰ ਸਿੰਘਾਂ ਦਾ ਰਾਜ ਹੁੰਦਾ ਸੀ ਪੰਜਾਬ ਵਿੱਚ, ਅਤੇ ਇਹ ਇਹਨਾਂ ਨੇ ਆਪਦੀਆਂ ਕਿਤਾਬਾਂ ਦੇ ਵਿੱਚ ਮੰਨਿਆ, ਇਹਨਾਂ ਦੇ ਸਿਆਣੇ ਬੰਦਿਆਂ ਨੇ ਬਾਅਦ 'ਚ, ਕਿ ਬਿਲਕੁਲ ਜਿੱਤ ਦੇ ਕਿਨਾਰੇ ਤੱਕ ਪਹੁੰਚੇ ਪਏ ਸੀ ਸਿੰਘ। ਸਿਰਫ ਇਹ ਸੀ ਕਿ ਬਾਹਰੋਂ ਕੋਈ ਉਹੀ ਜਿਹੀ ਮਦਦ, ਕਿਉਂਕਿ ਜਦੋਂ ਕੋਈ ਨਵਾਂ ਦੇਸ਼ ਬਣਦਾ ਉਹ ਆਮ ਹਾਲਤਾਂ 'ਚ ਨਹੀਂ ਬਣਦਾ ਕਦੇ, ਹਮੇਸ਼ਾ ਹੀ ਜਦੋਂ ਦੇਸ਼ ਟੁੱਟਦੇ ਨੇ, ਸਾਮਰਾਜ ਟੁੱਟਦੇ ਨੇ, ਨਵੇਂ ਦੇਸ਼ ਹੋਂਦ 'ਚ ਆਉਂਦੇ ਨੇ, ਉਹ ਹਾਲਤਾਂ ਆਮ ਨਹੀਂ ਹੁੰਦੀਆਂ, ਉਹ ਬੜੀਆਂ ਅਸਧਾਰਨ ਹੁੰਦੀਆਂ, ਕੌਮਾਂਤਰੀ ਉਥਲ ਪੁਥਲ ਹੁੰਦੀ ਹੈ। ਸੋਵੀਅਤ ਯੂਨੀਅਨ ਟੁੱਟਿਆ, ਦੇਖੋ ਉਹਦੇ ਵਿੱਚੋਂ ਕਿੰਨੇ ਦੇਸ਼ ਨਿਕਲੇ, ਪਰ ਉਹ ਸੋਵੀਅਤ ਯੂਨੀਅਨ ਹੋਰ ਕਿਸੇ ਨੋਰਮਲ ਪ੍ਰੋਸੈਸ 'ਚੋਂ ਥੋੜ੍ਹਾ ਟੁੱਟ ਗਿਆ। ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਜੋ ਮਾਰਕੇਬਾਜ਼ੀ ਕੀਤੀ, ਪੰਗਾ ਲਿਆ ਜਾ ਕੇ, ਉੱਥੋਂ ਜਿਵੇਂ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਜਿਵੇਂ ਸਾਰੀ ਸੱਤਿਆ ਨਿਚੋੜਤੀ ਉਹਨਾਂ ਨੂੰ ਅਫਗਾਨੀ ਜੁਝਾਰੂਆਂ ਨੇ ਉਹਨਾਂ ਦੀ, ਅਤੇ ਜਿਹਦੇ ਕਰਕੇ ਉਹ ਇੰਨਾ ਕਮਜ਼ੋਰ ਹੋ ਗਿਆ ਕਿ ਉਦੋਂ ਬਾਅਦ ਉਹ ਟੁੱਟ ਗਿਆ। ਸੋਵੀਅਤ ਯੂਨੀਅਨ ਟੁੱਟ ਗਿਆ, ਜਿਵੇਂ ਆਪਾਂ ਕਹਿੰਦੇ ਹਾਂ ਝੋਟਾ ਮਰ ਜੇ ਤਾਂ ਜੂਆਂ ਨਾਲ ਹੀ ਮਰ ਜਾਂਦੇ, ਯੂਗੋਸਲਾਵੀਆ 'ਚੋਂ 7 ਦੇਸ਼ ਨਿਕਲਿਆ, ਚੈਕੋਸਲਵਾਕੀਆ ਪਹਿਲਾਂ ਇਕੱਠਾ ਸੀਗਾ, ਫਿਰ ਉਹ ਦੋ ਚੈੱਕ ਅੱਡ ਸਲਵਾਕ ਅੱਡ, ਅਤੇ ਰੂਸ ਦੇ ਵਿੱਚੋਂ ਪਤਾ ਹੀ ਨਹੀਂ ਤੁਸੀਂ ਗਿਣਤੀ ਦੇ ਕਰ ਲਓ ਕਿੰਨੇ, ਅਤੇ ਅਜੇ ਹੋਰ ਪਤਾ ਨਹੀਂ ਕਿੰਨੇ ਨਿਕਲਣ। ਸੋ ਇਹ ਹੁੰਦਾ ਕਿ ਜਦੋਂ ਹਾਲਤ ਇਹੋ ਜਿਹੇ ਬਣ ਜਾਣ ਕੌਮਾਂਤਰੀ ਤੌਰ ਦੇ ਉੱਤੇ, ਤਾਂ ਉਦੋਂ ਜਾ ਕੇ ਇਸ ਤਰ੍ਹਾਂ ਦਾ ਮੌਕਾ ਪੈਦਾ ਹੁੰਦਾ ਹੈ, ਨਹੀਂ ਆਮ ਹਾਲਤ 'ਚ ਜਿਹੜੇ ਵੱਡੇ ਦੇਸ਼ ਨੂੰ ਛੇਤੀ ਕੀਤੀਆਂ ਟੁੱਟਦੇ ਨੇ, ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰੀ ਚੱਲੋ ਉਹ ਜਿੱਤ ਉਸ ਤਰ੍ਹਾਂ ਹਾਸਲ ਨਹੀਂ ਹੁੰਦੀ, ਉਹਦੇ ਵਾਸਤੇ ਇੱਕ ਸਾਜ਼ਗਾਰ ਮੌਕਾ ਆਉਂਦਾ, ਕੋਈ ਆਉਂਦਾ ਜ਼ਰੂਰ ਹੈ, ਬਸ ਉਹਦੇ ਅੱਖ ਰੱਖਣੀ ਹੁੰਦੀ ਹੈ। ਜਿਵੇਂ ਇੱਕ ਬੜੇ ਵਿਦਵਾਨ ਨੇ ਲਿਖਿਆ, ਇਤਿਹਾਸ ਦੇ ਨੇ ਲਿਖਿਆ, ਤਾਂ ਉਹਨੇ ਅੱਜ ਤੋਂ 150 ਸਾਲ ਪਹਿਲਾਂ ਸੀ, ਉਹਨੇ ਦੁਨੀਆ ਦੇ ਇਤਿਹਾਸ ਨੂੰ ਪੜ੍ਹ ਕੇ ਇਹ ਕਿਹਾ ਸੀ, ਕਹਿੰਦਾ ਵੀ ਕਦੇ ਕਦੇ ਇਹੋ ਜਿਹੇ ਮੌਕੇ ਆਉਂਦੇ ਨੇ ਇਤਿਹਾਸ 'ਚ ਜਦੋਂ ਦਰਜਣਾ ਹੀ ਤਾਜ ਜਿਹੜੇ ਸੜਕਾਂ 'ਤੇ ਰੋਲੇ ਫਿਰਦੇ ਹੁੰਦੇ ਆ, ਬਸ ਚੱਕਣ ਵਾਲਾ ਕੋਈ ਚਾਹੀਦਾ, ਤਾਜ ਰੁਲਦੇ ਜ਼ਰੂਰ ਹੈ, ਸਾਰਾ ਇਤਿਹਾਸ ਗਵਾਹ ਹੈ, ਕਦੇ ਨਹੀਂ ਰਹੇ। ਆਪਾਂ ਦੇਖੇ ਹੀ ਆ ਕਿੱਡੇ ਕਿੱਡੇ ਔਰੰਗਜ਼ੇਬ ਦਾ ਕਿਹੋ ਜਿਹਾ ਰਾਜ ਸੀਗਾ, ਔਰੰਗਜ਼ੇਬ ਦਾ ਕਿਉਂ ਬਾਹਰ ਆਪਾਂ ਦੇਖ ਲਓ ਕਿੱਡੇ ਕਿੱਡੇ ਸਾਮਰਾਜ ਸਾਰੇ, ਬਰਤਾਨੀਆ ਸਾਮਰਾਜ ਜਿੱਥੇ ਕਹਿੰਦੇ ਸੂਰਜ ਨਹੀਂ ਸੀ ਡੁੱਬਦਾ ਕਦੇ, ਅੱਜ ਕੀ ਹੈ? ਆਹ ਹੁਣ ਤਾਜ਼ੇ ਇਤਿਹਾਸ 'ਚ ਆਪਣੀ ਸੋਵੀਅਤ ਯੂਨੀਅਨ ਐਡੀ ਵੱਡੀ ਤਾਕਤ ਸੀ ਕਿ ਅੱਜ ਕੀ ਬਣ ਕੇ ਰਹਿ ਗਿਆ। ਸੋ ਤਾਜ ਰੁਲਦੇ ਨੇ ਸੜਕਾਂ 'ਤੇ, ਪਰ ਗੱਲ ਆਹ ਹੈ ਕਿ ਜੇ ਚੱਕਣ ਵਾਲੇ ਕੋਈ ਨਾ ਹੋਵੇ ਫਿਰ ਕੀ ਬਣ ਸਕਦਾ? ਸੋ ਇਹ ਹੁਣ ਸਾਡੇ ਕੀ ਹੈ ਕਿ ਅਸੀਂ ਚੱਕਣ ਜੋਗੇ ਬਣੀਏ, ਅਤੇ ਚੱਕਣ ਜੋਗੇ ਇਕੱਲੇ ਬੋਲਣ ਨਾਲ ਨਹੀਂ ਬਣ ਸਕਦੇ, ਸੋਚਣ ਨਾਲ ਨਹੀਂ, ਚਾਹੁਣ ਨਾਲ ਨਹੀਂ, ਉਹਦੇ ਵਾਸਤੇ ਕੁਛ ਕਰਨਾ ਪੈਂਦਾ। ਜੋ ਕੁਛ ਕਰਨਾ ਪੈਂਦਾ ਉਹਦੇ 'ਚ ਬਹੁਤ ਵੱਡੀ ਇੱਕ ਜਿਹੜੀ ਚੀਜ਼ ਹੈ ਕਿ ਬਿਨਾਂ ਕਿਸੇ ਮਜ਼ਬੂਤ ਕੌਮੀ ਜਥੇਬੰਦੀ ਤੋਂ ਕੋਈ ਵੀ ਜੰਗ ਜਿੱਤੀ ਨਹੀਂ ਜਾ ਸਕਦੀ।
ਦੁਸ਼ਮਣ ਜਿੰਨਾ ਮਰਜ਼ੀ ਕਮਜ਼ੋਰ ਹੋ ਜਾਵੇ, ਉਹ ਫਿਰ ਆਪਦਾ ਅਟਰੈਕਟ ਕਰ ਲੈਂਦੇ, ਆਪਦੇ ਸਾਰੇ ਵਿਰੋਧ ਵਿਰੋਧ ਫਿਰ ਵੀ ਉਹ ਹੱਲ ਕਰ ਲੈਂਦੇ ਹਨ। ਸੋ ਸਾਡੀ ਜਿਹੜੀ ਕੌਮ ਹੈ ਉਹ ਆਪਦੀਆਂ ਜਿਹੜੀਆਂ ਖਾਮੀਆਂ ਨੂੰ, ਜਿਹੜੀਆਂ ਕਮਜ਼ੋਰੀਆਂ, ਜਿਹੜੀਆਂ ਕਰਨ ਗੋਚਰੇ ਕੰਮ ਪਏ ਨੇ, ਉਹਨਾਂ ਦੀ ਸਹੀ ਪਛਾਣ ਕਰਕੇ ਕੋਈ ਕਦਮ ਚੁੱਕਦੇ ਹਾਂ ਕਿ ਨਹੀਂ ਚੁੱਕਦੇ। ਕਿਉਂਕਿ ਜਿਹੜੀ ਪ੍ਰਾਪੇਗੰਡੇ ਦੀ ਭਾਸ਼ਾ ਹੈ ਉਹ ਸਾਨੂੰ ਆਪਦੇ ਵੱਲ ਦੇਖਣ ਨਹੀਂ ਦਿੰਦੀ ਕਿ ਸਾਡੀਆਂ ਕਮਜ਼ੋਰੀਆਂ ਕਿੱਥੇ ਪਈਆਂ, ਅਸੀਂ ਕੀ ਕਰਨਾ। ਇੱਕ ਜਿਹੜਾ ਗੰਭੀਰਤਾ ਨਾਲ ਸੋਚਣਾ ਹੁੰਦਾ ਹੈ ਉਹ ਸੋਚਣ ਦਾ ਅਮਲ ਨਹੀਂ ਚੱਲਦਾ ਜਦੋਂ ਅਸੀਂ ਸਿਰਫ ਪ੍ਰਾਪੇਗੰਡੇ ਦੀ ਭਾਸ਼ਾ ਦੇ ਵਿੱਚ ਹੀ ਵੱਡੇ ਵੱਡੇ ਸ਼ਬਦ ਬੋਲਦੇ ਹਾਂ। ਉਹ ਠੀਕ ਹੈ, ਵਕਤੀ ਤੌਰ 'ਤੇ ਹੌਸਲਾ ਅਤੇ ਉਤਸ਼ਾਹ ਭਰਨ ਵਾਸਤੇ ਜ਼ਰੂਰੀ ਹੁੰਦੇ ਹਨ, ਪਰ ਸਾਡੇ ਕੋਲ ਜਿੰਨਾ ਚਿਰ ਕਿਹੋ ਜਿਹੀ ਕੌਮੀ ਜਥੇਬੰਦੀ ਨਹੀਂ ਹੋਊ ਅਤੇ ਉਹਦੀ ਇੱਕ ਟੀਮ ਨਹੀਂ ਹੋਊਗੀ, ਇਕੱਲਾ ਇੱਕ ਵਿਅਕਤੀ ਨਹੀਂ। ਇਹ ਗੱਲ ਮੈਂ ਫਿਰ ਮਤਲਬ ਮੈਂ ਹੋਰ ਬਹੁਤ ਥਾਵਾਂ 'ਤੇ ਵੀ ਵਾਰ ਵਾਰ ਦੁਹਰਾਇਆ, ਇਹ ਸਾਡੇ 'ਚ ਇੱਕ ਕਮਜ਼ੋਰੀ ਆ ਗਈ ਕਿ ਗੁਰੂ ਸਾਹਿਬ ਨੇ ਸਾਨੂੰ ਜੋ ਇੱਕ ਦਿੱਤਾ ਸੀ ਪੰਜ ਪ੍ਰਧਾਨੀ ਸਿਸਟਮ, ਜਦੋਂ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਤੋਰਿਆ ਦੱਖਣ ਤੋਂ, ਤਾਂ ਸਭ ਆਪਾਂ ਭੁੱਲ ਜਾਂਦੇ ਹਾਂ ਕਿ ਉਹਨਾਂ ਦੇ ਨਾਲ ਪੰਜ ਸਿੰਘ ਜਿਹੜੇ ਸੀਗੇ ਉਹ ਵੀ ਭੇਜੇ ਸੀ। ਅਤੇ ਜਦੋਂ ਵੀ ਕੋਈ ਫੈਸਲਾ ਕਰਨਾ, ਅਹਿਮ ਫੈਸਲਾ ਕਰਨਾ, ਤਾਂ ਉਹ ਬੈਠ ਕੇ ਇਸ ਪਰੰਪਰਾ ਇਸ ਜੁਗਤ ਰਾਹੀਂ ਕੀਤਾ ਜਾਵੇ। ਸੋ ਇੱਕ ਕਿਸੇ ਇੱਕ ਵਿਅਕਤੀ ਨੂੰ ਮਤਲਬ ਇੰਨਾ ਬਣਾ ਲੈਣਾ, ਇਹ ਠੀਕ ਹੈ ਵਿਅਕਤੀ ਦਾ ਰੋਲ ਬਹੁਤ ਹੁੰਦਾ, ਅਸੀਂ ਦੇਖ ਹੀ ਲਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਪਰ ਉਹਨਾਂ ਦੇ ਨਾਲ ਇੱਕ ਟੀਮ ਸੀ ਬਹੁਤ ਤਕੜੀ। ਇਹ ਨਹੀਂ ਏਡੇ ਏਡੇ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ, ਸਮਝ ਲਓ ਜਨਰਲ ਸੁਵੇਗ ਸੁਣਾ ਹੁੰਦਾ ਕਿ ਇਹ ਜੰਗ ਇਸ ਤਰ੍ਹਾਂ ਲੜੀ ਜਾ ਸਕਦੀ ਸੀ ਦਰਬਾਰ ਸਾਹਿਬ 'ਚ। ਸੋ ਸਿਹਤ ਠੀਕ ਹੋਵੇ, ਨੀਤ ਠੀਕ ਹੋਵੇ, ਤਾਂ ਵਾਹਿਗੁਰੂ ਉਹ ਸਭ ਕੁਛ ਢੁਕਾ ਦਿੰਦਾ। ਮੌਕ ਆ ਜੁੜਦੇ, ਇਹ ਨਹੀਂ ਕਿ ਕੌਮ ਦੇ ਵਿੱਚ ਲਾਇਕ ਬੰਦੇ ਨਹੀਂ, ਬੰਦੇ ਬਹੁਤ ਪਏ ਆ, ਉਹ ਕਦਮ ਚੁੱਕਣੇ ਪੈਣੇ ਆ ਇੱਕ ਲੜੀ ਦੇ ਵਿੱਚ ਉਹਨਾਂ ਨੂੰ ਧਾਗੇ 'ਚ ਪਰੋ ਕੇ ਕਿ ਕਿਸ ਤਰ੍ਹਾਂ ਹੋ ਸਕੇ ਕਿ ਸਾਡੀ ਇੱਕ ਜਥੇਬੰਦੀ ਹੋਵੇ। ਪਰ ਇੱਕ ਹੁੰਦੇ ਨਹੀਂ ਕਿਉਂ, ਮੇਰਾ ਖਿਆਲ ਇਹ ਸਮਝਣਾ ਕੋਈ ਬਹੁਤਾ ਔਖਾ ਨਹੀਂ। ਜੇ ਪਰਿਵਾਰ ਤੋਂ ਤੁਸੀਂ ਚੁੱਕੋ, ਜਿਹੜੇ ਪਰਿਵਾਰ ਦੇ ਵਿੱਚ ਇਹ ਕਹਾਣੀ ਹੁੰਦਾ, ਕਲੇਸ਼ ਰਹਿੰਦਾ, ਕੀ ਕਾਰਨ ਹੁੰਦਾ ਭਲਾ? ਹਉਮੈ ਤੋਂ ਬਿਨਾਂ ਕੋਈ ਹੋਰ ਕਾਰਨ ਹੋ ਸਕਦਾ? ਹਉਮੈ ਆ ਬਸ ਸਰੇ, ਅਤੇ ਹਉਮੈ ਸਾਨੂੰ ਗੁਰਬਾਣੀ 'ਚ ਪੈਰ ਪੈਰ 'ਤੇ ਜਿੰਨਾ ਜ਼ੋਰ ਲਾਇਆ ਗਿਆ, ਹਉਮੈ ਦੀਰਘ ਰੋਗ ਹੈ, ਵੀ ਸਾਰੀਆਂ ਗੱਲਾਂ ਦੀ ਜੜ ਹਉਮੈ ਹੈ। ਅਤੇ ਹਉਮੈ ਜਿਹੜੀ ਦੂਰ ਕਰਨ ਦਾ ਇੱਕੋ ਹੀ ਰਾਹ, ਇਹਦਾ ਕੋਈ ਸ਼ੋਰਟਕੱਟ ਹੋਰ ਕੋਈ ਰਾਹ ਨਹੀਂ, ਗੁਰਬਾਣੀ 'ਚ ਨਾਮ ਅਭਿਆਸ। ਇਹਤੋਂ ਬਿਨਾਂ ਤੁਹਾਡੇ ਮਨ ਦੇ ਵਿੱਚੋਂ ਉਹ ਜਿਹੜੀ ਹੈਗੀ ਮੈਂ ਹਉਮੈ ਉਹ ਨਹੀਂ ਨਿਕਲ ਸਕਦੀ। ਸੋ ਇਸ ਕਰਕੇ ਮੈਂ ਮਤਲਬ ਜਿਹੜੀ ਗੱਲ ਮੈਂ ਮਹਿਸੂਸ ਕਰ ਰਿਹਾ ਕਿ ਅਸੀਂ ਰਾਜਸੀ ਤੌਰ 'ਤੇ ਕੋਈ ਬਹੁਤਾ ਪਿੱਛੇ ਨਹੀਂ, ਲੜ ਰਹੇ ਹਾਂ, ਬੰਦੇ ਬਹੁਤ ਹਨ, ਰਾਜਸੀ ਸਰਗਰਮੀਆਂ ਵੀ ਚੱਲ ਰਹੀਆਂ, ਪਰ ਜਦੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਰਾਹ 'ਤੇ ਚੱਲਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਇੱਕ ਗੱਲ ਭੁੱਲ ਜਾਂਦੇ, ਸਾਨੂੰ ਸਿਰਫ ਉਹਨਾਂ ਦੀ ਸੂਰਮਗਤੀ ਅਤੇ ਦਲੇਰੀ ਦਿਸਦੀ ਆ ਬਸ, ਜਿਹੜੀ ਕਮਾਈ ਆ ਪਿੱਛੇ, ਜਿਹੜੀ ਬੰਦਗੀ ਇੰਨੀ ਕੀਤੀ ਹੋਈ, ਉਹ ਜਿਹੜਾ ਪੱਖ ਆ ਉਹਨਾਂ ਦਾ ਰੂਹਾਨੀ ਪੱਖ,
ਉਹਨੂੰ ਅਸੀਂ ਬਹੁਤ ਨਜ਼ਰਅੰਦਾਜ਼ ਕਰਦੇ ਹਾਂ। ਇਸ ਕਰਕੇ ਅਸੀਂ ਫਿਰ ਕਾਹਲੀ 'ਚ ਕਦੇ ਕਿਸੇ ਤੋਂ ਉਮੀਦਾਂ ਰੱਖ ਲੈਂਦੇ ਹਾਂ, ਕਦੇ ਕਿਸੇ ਤੋਂ ਰੱਖ ਲੈਂਦੇ ਹਾਂ। ਹੁੰਦੇ ਨੇ ਗੁਣ ਬੰਦਿਆਂ ਦੇ ਵਿੱਚ, ਬਾਕੀ ਹੋਣਗੇ, ਪਰ ਜਿਹੜਾ ਇੱਕ ਕੌਮ ਦਾ ਲੀਡਰ ਹੋ, ਹੁਣ ਜਿਵੇਂ ਦੀਪ ਸਿੱਧੂ ਹੈ, ਇਹ ਠੀਕ ਹੈ, ਦੀਪ ਸਿੱਧੂ ਦਾ ਮੇਰੇ ਨਾਲ ਤਾਂ ਬਹੁਤ ਨੇੜਲਾ ਵਾਹ ਰਿਹਾ, ਅਤੇ ਉਹਨੇ ਜੋ ਕਿਸਾਨ ਅੰਦੋਲਨ 'ਚ ਆ ਕੇ ਜਿਸ ਕਿਸਮ ਦੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕੀਤੀ, ਅਤੇ ਜਿੰਨਾ ਸਿੱਖ ਯੂਥ ਨੂੰ, ਇਕੱਲੇ ਯੂਥ ਨੂੰ ਨਹੀਂ, ਸਾਰੇ ਸਿੱਖ ਜਗਤ ਦੇ ਵਿੱਚ ਜਿਸ ਕਿਸਮ ਦਾ ਵਾਰ ਪੈਦਾ ਕੀਤਾ, ਉਹਨੂੰ ਕੋਈ ਖਾਸ ਰੱਬੀ ਬਖਸ਼ਿਸ਼ ਸੀ, ਉਹਦੇ 'ਚ ਉਹ ਗੁਣ ਯੋਗਤਾ ਸੀ। ਪਰ ਉਹ ਆਪ ਹੀ ਕਹਿੰਦਾ ਸੀ, ਜਦੋਂ ਉਹਨੂੰ ਬੰਦੇ ਕਹਿੰਦੇ ਸੀ ਨਾ ਵੀ ਕੌਮ ਦਾ ਲੀਡਰ, ਉਹ ਕਹਿੰਦਾ ਸੀ ਇਹ ਮੇਰੇ 'ਤੇ ਭਾਰ ਨਾ ਪਾਓ, ਮੈਂ ਜੇ ਇੰਨਾ ਕੀ ਨਾ। ਸੋ ਉਹਦੀ ਉਹ ਠੀਕ ਉਹ ਰੱਬ ਪੈ ਗਿਆ ਸੀ, ਉਹਦੇ ਅੰਦਰ ਜਾਗ ਪਿਆ ਸੀ ਉਹ ਵਿਰਾਗ ਵੀ ਮੈਂ ਗੁਰੂ ਵਾਲਾ ਬਣਾ, ਅਤੇ ਹੋ ਸਕਦਾ ਜੇ ਸਮਾਂ ਮਿਲ ਜਾਂਦਾ ਤਾਂ ਫਿਰ ਇਹੀ ਜੀ ਗੱਲ ਵੀ ਵਾਪਰ ਜਾਂਦੀ। ਪਰ ਇਹ ਦੁਸ਼ਮਣ ਨੂੰ ਵੀ ਪਤਾ ਸੀ ਕਿ ਇਸ ਬੰਦੇ 'ਚ ਜਿੰਨੀਆਂ ਸੁਭਾਵਨਾਵਾਂ, ਬਾਕੀ ਬੰਦਿਆਂ ਤੋਂ ਬਹੁਤਾ ਡਰਦੇ ਨਹੀਂ ਸੀ, ਉਹ ਛੇਤੀ ਸੁੰਘ ਲੈਂਦੇ ਵੀ ਖਤਰਾ ਕਿੱਥੋਂ ਆ ਸਾਨੂੰ, ਫਿਰ ਉਹ ਚੁਣ ਕੇ ਮਾਰਦੇ ਆ। ਇੱਥੇ ਵੀ ਜੋ ਹੈ ਤਾਂ ਹੁਣ ਹੋਰ ਬਹੁਤ ਫਿਰਦੇ ਹੋਣਗੇ ਆਪਣੇ, ਬਹੁਤ ਸਿੰਘ ਕੰਮ ਕਰਦੇ ਫਿਰਦੇ ਨੇ, ਉਹਨਾਂ ਨੇ ਚੁਣ ਚੁਣ ਕੇ ਟਾਰਗੇਟ ਰੱਖੇ ਸੀ ਵੀ ਕਿਹਨੂੰ ਕਿਹਨੂੰ ਖਤਮ ਕਰਨਾ। ਸੋ ਉਹ ਤਾਂ ਚਲੋ ਇੱਕ ਵੱਖਰੀ ਗੱਲ ਹੈ, ਦੁਸ਼ਮਣ ਨੇ ਕਰਨਾ ਹੀ ਕਰਨਾ, ਚੱਲੀ ਜਾਂਦਾ ਉਹ ਤਾਂ ਭਾਣਾ ਵਾਪਰੀ ਜਾਂਦਾ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਸਾਨੂੰ ਹੁਣ ਸੰਜੀਦਗੀ ਨਾਲ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਅਸੀਂ ਕਿੰਨਾ ਕੁ ਚਿਰ ਇਸ ਤਰ੍ਹਾਂ ਚੱਲੀ ਜਾਵਾਂਗੇ। ਮੈਨੂੰ ਇੱਥੇ ਆਉਂਦੇ ਨੂੰ ਤਕਰੀਬਨ 20 ਸਾਲ ਹੋ ਗਏ, ਅਤੇ 20 ਸਾਲਾਂ 'ਚ ਮੈਂ ਦੇਖ ਰਿਹਾ ਬਹੁਤ ਸਾਰੇ ਚਿਹਰੇ ਜਾਣਨਾ ਪਛਾਣਨਾ। ਉਦੋਂ ਬਿਲਕੁਲ ਕਾਲੀਆਂ ਦਾੜੀਆਂ ਹੁੰਦੀਆਂ ਸੀ, ਮੇਰੇ ਵੀ ਕਾਲੀ ਦਾੜੀ ਹੁੰਦੀ ਸੀ, ਅਤੇ ਅੱਜ ਸਭ ਦੇ ਚਿੱਟੀਆਂ ਹੋ ਗਈਆਂ, ਅਤੇ ਇੱਕ ਹਿਸਾਬ ਨਾਲ ਤਾਂ ਇਹ ਕਿ ਤਕਰੀਬਨ ਉਮਰਾਂ ਭੋਗ ਚੱਲੇ ਆ, ਉਹੀ ਗੱਲਾਂ ਹੁੰਦੀਆਂ ਅਤੇ ਉਹੀ ਗੱਲਾਂ ਚੱਲਦੀਆਂ। ਉਭਾਰ ਬੜੇ ਆ ਗਏ ਕਿਸਾਨ ਅੰਦੋਲਨ ਵੇਲੇ, ਤਾਂ ਕਿਹਾ ਜਿਹਾ ਮੌਕਾ ਪੈਦਾ ਹੋ ਗਿਆ ਸੀਗਾ ਬਹੁਤ ਹੀ ਸ਼ਾਨਦਾਰ। ਅਤੇ ਉਸ ਤੋਂ ਬਾਅਦ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਗਿਆ, ਤੁਸੀਂ ਦੇਖੋ ਲੋਕਾਂ ਦੀ ਭਾਵਨਾ ਦੇ, ਮਤਲਬ ਜੇ ਆਪਾਂ ਇਹ ਕਹੀਏ ਲੋਕਾਂ 'ਚ ਲੋਕ ਪਿੱਛੇ ਹਟ ਜਾਂਦੇ ਆ, ਲੋਕ ਨਹੀਂ ਪਿੱਛੇ ਹਟਦੇ। ਜਦੋਂ ਉਹਨਾਂ ਨੂੰ ਮਾੜੀ ਜਿਹੀ ਵੀ ਉਮੀਦ ਦਿਸਦੀ ਹੈ ਕਿ ਇਹ ਬੰਦਾ ਸਾਡੀ ਕੌਮ ਵਾਸਤੇ, ਸਾਡੇ ਧਰਮ ਵਾਸਤੇ ਕੁਛ ਕਰ ਰਿਹਾ ਜਾਂ ਕਰ ਸਕਦਾ, ਉਹ ਤਾਂ ਆਪਦਾ ਸਭ ਕੁਛ ਨਿਸ਼ਾਵਰ ਕਰ ਦਿੰਦੇ। ਲੋਕਾਂ ਨੇ ਕਦੇ ਲੋਕ ਪਿੱਛੇ ਨਹੀਂ ਹਟੇ, ਅਤੇ ਜਿਹੜਾ ਇਹ ਹੈ ਕਿ ਅਸੀਂ ਵੋਟਾਂ ਪਾ ਕੇ ਦਿਖਾ ਦਈਏ ਦੁਸ਼ਮਣ ਨੂੰ ਵੀ ਫਿਰ ਸਾਡੀ ਤਾਕਤ ਕਿੰਨੀ ਹੈ, ਮੈਨੂੰ ਲੱਗਦਾ ਇਹਦੀ ਬਜਾਏ ਨੂੰ ਹੋਰ ਤਰ੍ਹਾਂ ਦੇਖਣਾ ਚਾਹੀਦਾ ਕਿ ਵੋਟਾਂ ਦਾ ਜਿਹੜਾ ਮੈਦਾਨ ਹੈ ਨਾ, ਉਹ ਤਾਂ ਬੜਾ ਭ੍ਰਿਸ਼ਟ ਹੈ, ਉੱਥੇ ਤਾਂ ਤੁਸੀਂ ਉਹਨਾਂ ਜਿੰਨੀਆਂ ਸ਼ਰਾਬਾਂ ਨਹੀਂ ਪਿਆ ਸਕਦੇ, ਜਾਂ ਜਿਵੇਂ ਉਹ ਕਰਦੇ ਨੇ ਉਸ ਤਰ੍ਹਾਂ ਨਹੀਂ ਕਰ ਸਕਦੇ। ਇਹੀ ਜਿਹੀ ਗੇਮ 'ਚ ਤੁਸੀਂ ਆਪਦਾ ਇੰਨਾ ਕੁਛ ਦਾਅ 'ਤੇ ਕਿਉਂ ਲਾਉਂਦੇ ਹੋ ਜਿਹੜਾ ਤੁਸੀਂ ਨਹੀਂ ਕਰ ਸਕਦੇ, ਜਾਂ ਤਾਂ ਫਿਰ ਉਹੋ ਜਿਹੇ ਬਣ ਜਾਓ, ਜੇ ਉਹੋ ਜਿਹੇ ਬਣ ਕੇ ਫਿਰ ਫਾਇਦਾ ਕੀ, ਫਿਰ ਫਰਕ ਵੀ ਕੀ ਰਹਿ ਗਿਆ, ਫਿਰ ਜਿੱਤੇ ਕੀ ਹਾਰੇ ਕੀ। ਸੋ ਜਿੱਥੇ ਇਹ ਹੈ ਨਾ ਵੀ ਅਸੀਂ ਦਿਖਾ ਦਈਏ ਵੀ ਅਸੀਂ ਕਿੱਥੇ ਖੜ੍ਹੇ ਹਾਂ, ਤੁਸੀਂ ਇਹ ਸੋਚੋ ਆਪਾਂ ਇਹ ਕਸਰ ਛੱਡੀ ਹੈ ਕਿਤੇ। 26 ਜਨਵਰੀ ਨੂੰ ਕਿਸਾਨ ਅੰਦੋਲਨ ਵੇਲੇ ਕੋਈ ਕਸਰ ਰਹਿ ਗਈ ਸੀ?
ਲੱਖਾਂ ਦੇ ਕਾਫਲੇ ਕਿਵੇਂ ਉਡਾਉਂਦੇ ਤੁਰੇ ਗਏ ਬੈਰੀਕੇਡਾਂ ਨੂੰ, ਐਂ ਜਿਵੇਂ ਤਾਸ਼ ਦੇ ਪੱਤੇ ਹੁੰਦੇ ਨੇ, ਕਿੱਡੇ ਕਿੱਡੇ ਉਹਨਾਂ ਨੇ ਬੈਰੀਕੇਡ ਬਣਾਏ ਸੀਗੇ। ਉਹ ਤਾਕਤ ਦਾ ਦਿਖਾਵਾ ਨਹੀਂ ਸੀ ਕਿਤੇ। ਫਿਰ ਲਾਲ ਕਿਲ੍ਹੇ 'ਤੇ ਜਾ ਕੇ ਆਖਣਾ ਵੀ ਹਿੱਕ 'ਤੇ ਜਾ ਕੇ ਨਿਸ਼ਾਨ ਸਾਹਿਬ ਚਲਾਉਣਾ, ਇਹ ਕੋਈ ਛੋਟੀ ਗੱਲ ਸੀਗੀ? ਇਹ ਹੈ ਜਿੱਥੇ ਸਾਡੀ ਆਪਾਂ ਕਿ ਤਾਕਤ ਦਾ ਪ੍ਰਗਟਾਵਾ ਅਤੇ ਦਿਖਾਵਾ ਅਸਲੀ। ਇਹ ਵੋਟਾਂ ਵਾਲੀ ਇਹ ਤਾਂ ਬੜੀ ਛਲ ਭਰਪੂਰ, ਅੱਜ ਜਿੱਤ ਕੇ ਕੱਲ੍ਹ ਨੂੰ ਬਿਲਕੁਲ ਹੀ ਹਾਰ ਸਕਦੇ। ਇਹ ਤਾਂ ਇਹਦੇ ਐਡਾ ਦਾਅ 'ਤੇ ਨਾ ਲਾਓ, ਠੀਕ ਹੈ, ਇਹ ਸਾਡੀ ਲੋੜ ਹੈ, ਇਹਨੂੰ ਵੀ ਇੱਕ ਵਰਤੋਂ ਦਾਅ ਭੇਜਦੇ ਤੌਰ 'ਤੇ। ਪਰ ਇੱਕ ਜਿਵੇਂ ਹੁੰਦਾ ਨਾ ਸੈਂਸ ਆਫ ਪ੍ਰਪੋਰਸ਼ਨ, ਇਹ ਤਾਂ ਅਸੀਂ ਕਿੰਨਾ ਕੁ ਆਸ ਰੱਖਣੀ ਹੈ। ਸੋ ਮੇਨਟੇਕ ਸੰਘਰਸ਼ 'ਤੇ ਰੱਖੋ, ਨਹੀਂ ਇਹ ਸਾਨੂੰ ਕੁਰਾਹੇ ਪਾਓ, ਇਹ ਸੌਖਾ ਨਾ ਕੰਮ। ਵੀ ਕੁਛ ਚਿਰ ਬਾਅਦ ਇਲੈਕਸ਼ਨ ਆਉਂਦੀ ਹੈ, ਚਲੋ ਉੱਥੇ ਇੱਕ ਮੁਹਿੰਮ ਜੀ ਬਣਾ ਲਓ, ਕੁਛ ਨਹੀਂ ਹੁੰਦਾ ਉੱਥੇ, ਕੁਛ ਦੇਣਾ ਨਹੀਂ ਪੈਂਦਾ। ਅਤੇ ਜਿੱਥੇ ਸਿਰ ਦੇਣੇ ਪੈਂਦੇ ਨੇ ਉਹ ਔਖ, ਅਤੇ ਪ੍ਰਾਪਤੀ ਸਿਰ ਦਿੱਤਿਆਂ ਬਗੈਰ ਨਹੀਂ। ਇਹ ਤਾਂ ਮਤਲਬ ਆਪਾਂ। ਸੋ ਇੱਕ ਪੱਖੋਂ ਜਿਹੜਾ ਇਹ ਵੋਟਾਂ ਦਾ ਰਾਹ ਹੈ, ਇਹ ਇੱਕ ਭਰਮ ਚੇਤਨਾ, ਇੱਕ ਕੁਰਾਹਾ ਵੀ ਬਣ ਜਾਂਦਾ ਵੀ ਸਾਨੂੰ ਇੱਕ ਸੌਖੀ ਜੀ ਜਿੱਤ ਦਾ ਇੱਕ ਸੁਪਨਾ ਜਿਹਾ ਦਿਖਾ ਦਿੰਦਾ। ਵਰਤੋਂ ਜ਼ਰੂਰ ਇਹਨੂੰ ਵੀ ਇੱਕ ਹਥਿਆਰ ਦੇ ਤੌਰ 'ਤੇ, ਪਰ ਸੰਭਲ ਕੇ ਅਤੇ ਸਾਵਧਾਨੀ ਨਾਲ। ਸੋ ਅਸਲੀ ਜਿਹੜਾ ਰਾਹ ਹੈ ਉਹ ਸੰਘਰਸ਼ ਦਾ ਰਾਹ ਹੀ ਹੈ। ਸੋ ਮੇਰਾ ਖਿਆਲ ਹੈ ਕਿ ਪਿਛਲੇ ਸਾਰੇ ਦਸਾਂ ਕੁ ਸਾਲਾਂ ਦਾ ਤੁਸੀਂ ਪੰਜਾਬ ਦਾ ਇਤਿਹਾਸ ਦੇਖ ਲਓ, ਜਦੋਂ ਬੇਅਦਬੀ ਹੋਈ ਹੈ ਉਦੋਂ ਸਿੱਖ ਕਿਸ ਪੱਧਰ ਦੇ ਉੱਤੇ ਸਾਰੇ ਕਿਵੇਂ ਘਰਾਂ 'ਚੋਂ ਨਿਕਲੇ ਆਏ ਸੀ, ਕਿੱਡਾ ਤਾਕਤ ਦਾ ਪ੍ਰਗਟਾਵਾ ਕੀਤਾ, ਕਿਹੋ ਜਿਹੇ ਮਾਰਚ, ਕਿਹੋ ਜਿਹੇ ਜ਼ਬਰਦਸਤ ਇਕੱਠ ਹੋਏ। ਉਸ ਤੋਂ ਵੀ ਪਿੱਛੇ ਚਲੇ ਜਾਈਏ ਜਦੋਂ ਸੌਦਾ ਸਾਧ ਨੇ ਦਸਮ ਪਾਤਸ਼ਾਹ ਦੀ, ਮਤਲਬ ਇਹ ਕਹਿ ਲਓ ਕਿ ਸਵਾਂਗ ਰਚਣ ਦੀ, ਨਕਲ ਕਰਨ ਦੀ ਹਮਾਕਤ ਕੀਤੀ ਸੀ, ਉਦੋਂ ਕਿਵੇਂ ਸਾਰਾ ਪੰਜਾਬ ਸੜਕਾਂ 'ਤੇ ਨਿਕਲ ਆਇਆ ਸੀਗਾ। ਕਿਸੇ ਨੇ ਨਹੀਂ ਦੇਖਿਆ ਵੀ ਉਹ ਸਾਬਤ ਸੂਰ ਤੱਕ ਕਿਸ ਤਰ੍ਹਾਂ ਦਾ ਕੋਈ ਮੋਨਾ ਭਾਵੇਂ ਕੁਛ ਹੈ। ਜਦੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਤਰੀਕ ਤੈਅ ਹੋਈ ਹੈ, ਮੈਨੂੰ ਪਤਾ ਉਹ ਤੁਸੀਂ ਦੇਖੋ ਪੰਜਾਬ ਦਾ ਦ੍ਰਿਸ਼ ਕਿਵੇਂ, ਲੋਕਾਂ ਨੇ ਕਾਲੇ ਝੰਡੇ ਘਰਾਂ 'ਤੇ ਇੱਕ ਸੱਦੇ ਦੇ ਉੱਤੇ ਸਾਰੇ ਪੰਜਾਬ ਪਾ ਗਏ ਸੀਗੇ। ਅਤੇ ਇਸ ਤਰ੍ਹਾਂ ਬਾਅਦ ਦੇ ਵਿੱਚ ਜਦੋਂ ਬੇਅਦਬੀ ਦੇ ਵਿਰੁੱਧ ਜਦੋਂ ਝੱਬੇ ਵਾਲਾ ਇਕੱਠ ਹੋਇਆ ਸਰਬੱਤ ਖਾਲਸਾ, ਹੁਣ ਉਦੋਂ ਵੱਡਾ ਇਕੱਠ ਕੀ ਹੋ ਸਕਦਾ। ਚਲੋ ਫਿਰ ਆ ਕਿਸਾਨ ਅੰਦੋਲਨ ਵੇਲੇ ਤਾਂ ਮਤਲਬ ਸਾਫ ਦਿਖਾ ਹੀ ਦਿੱਤਾ। ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਆਪਾਂ ਇਹ ਤਾਂ ਕੋਈ ਰੌਲਾ ਹੀ ਨਹੀਂ, ਅਸੀਂ ਵਾਰ ਵਾਰ ਦਿਖਾਇਆ ਕਿ ਅਸੀਂ ਕਿੱਥੇ ਖੜ੍ਹੇ ਹਾਂ। ਇਹ ਉਹਨਾਂ ਨੂੰ ਵੀ ਕੋਈ ਭੁਲੇਖਾ ਨਹੀਂ ਵੀ ਹੁਣ ਵੋਟਾਂ 'ਚ ਉਹਨਾਂ ਨੂੰ ਪਤਾ ਲੱਗ ਜੂ ਵੀ ਉਹਨਾਂ ਨੂੰ ਉਹ ਜੇ ਉਹਨਾਂ ਨੂੰ ਕੁਝ ਦਿਸਦਾ ਹੀ, ਜੇ ਦਿਸਦਾ ਨਾ ਹੋਵੇ ਫਿਰ ਉਹ ਇੰਨਾ ਕਿਉਂ ਕਰਨ, ਕਿਉਂ ਡਿਬਰੂਗੜ੍ਹ ਭੇਜਿਆ ਇਹਨਾਂ ਨੂੰ ਇਕੱਲੇ? ਇਹ ਤਾਂ 10 ਬੰਦੇ ਸਾਨੂੰ ਦਿਸੀ ਜਾਂਦੇ ਨੇ, ਤੁਸੀਂ ਦੇਖੋ ਹੋਰ ਜੇਲ੍ਹਾਂ ਦੇ ਵਿੱਚ ਕਿੰਨੇ ਬੰਦੇ ਤੁਰਨੇ ਪਏ, ਜਾਂ ਕਿਉਂ ਜਿਹੜੇ ਬੰਦੇ 25-25-30-30 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਹਜੇ ਤੱਕ ਵੀ ਰਿਹਾ ਕਰਨ ਤੋਂ ਡਰਦੇ ਕਿਉਂ ਹੈ? ਜੇ ਉਹਨਾਂ ਨੂੰ ਪਤਾ ਹੀ ਨਾ ਹੋਵੇ ਤਾਂ ਆਪਾਂ ਵੋਟਾਂ 'ਚ ਵੱਧ ਦਿਖਾ ਦਿਆਂਗੇ ਵੀ ਹੁਣ ਪਤਾ ਲੱਗ ਗਿਆ ਉਹਨਾਂ ਨੂੰ। ਉਹ ਸਭ ਜਾਣਦੇ ਆ, ਉਹਨਾਂ ਨੂੰ ਪਤਾ ਹੈ ਕਿ ਸਿੱਖ ਕਿੱਥੇ ਖੜ੍ਹਾ। ਉਹ ਇਹ ਚਾਹੂ ਵੀ ਕਿਸੇ ਮੌਕੇ ਸੰਘਰਸ਼ ਤੋਂ ਇਹਨਾਂ ਦਾ ਵਿਸ਼ਵਾਸ ਉੱਠ ਜੇ ਅਤੇ ਹੌਲੀ ਹੌਲੀ ਸਾਡੇ ਵਾਲੀ ਖੇਡ ਦੇ ਵਿੱਚ ਸ਼ਾਮਿਲ ਹੋ ਜਾਣ। ਮਤਲਬ ਮੈਂ ਇੱਕੋ ਕੰਮ ਦੀ ਗੱਲ ਤੁਹਾਨੂੰ ਦੱਸਣ ਲੱਗਿਆਂ, ਇੱਕ ਵਾਰ ਜਥੇਦਾਰ ਟੌੜਾ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਅਤੇ
ਉਹਨੇ ਉਹਦੇ ਕੋਲ ਬੜੀਆਂ ਯਾਦਾਂ ਸੀਗੀਆਂ, ਬੜਾ ਕੁਛ ਉਹਦੇ ਕੋਲ ਤਜਰਬੇ ਸੀਗੇ। ਮੈਂ ਸੰਤਾਂ ਬਾਰੇ ਪੁੱਛਣ ਲੱਗ ਗਿਆ ਉਹਨਾਂ ਨੂੰ ਵੀ ਸੰਤਾਂ ਨਾਲ ਤੁਹਾਡਾ ਬਹੁਤ ਵਾਹ ਰਿਹਾ, ਸੰਤ ਜਰਨੈਲ ਸਿੰਘ ਨਾਲ। ਅਤੇ ਉਹਨਾਂ ਦੀਆਂ ਗੱਲਾਂ ਚੱਲਦੇ ਚੱਲਦੇ ਉਹ ਕਹਿੰਦੇ ਵੀ ਜਦੋਂ ਸੰਤ ਗ੍ਰਿਫਤਾਰ ਹੋਏ ਲਾਲਾ ਜਗਤ ਨਾਰਾਇਣ ਕਤਲਕਾਂਡ ਦੇ ਵਿੱਚ, ਅਤੇ ਫਿਰੋਜ਼ਪੁਰ ਜੇਲ੍ਹ 'ਚ ਰਹੇ ਜਾ ਕੇ ਕੁਛ ਚਿਰ, ਅਤੇ ਜਦੋਂ ਫਿਰ ਉੱਥੋਂ ਰਿਹਾ ਹੋ ਕੇ ਆਏ ਉਦੋਂ ਸੰਤਾਂ ਦਾ ਜਿਸ ਕਿਸਮ ਦਾ ਸਵਾਗਤ ਹੋਇਆ ਜਗ੍ਹਾ ਜਗ੍ਹਾ ਸਾਰੇ ਦੇਸ਼ 'ਚ, ਪੰਜਾਬ 'ਚ ਤਾਂ ਖੈਰ ਹੋਣਾ ਹੀ ਸੀ, ਸਾਰੇ ਬੰਬੇ ਤੱਕ, ਅਤੇ ਉਹ ਬਹੁਤ ਕਮਾਲ ਦਾ ਸੀਗਾ। ਇਹ ਸੀ ਕਿ ਕੌਮ ਦੇ ਲੀਡਰ ਬਣ ਕੇ ਉੱਭਰਿਆ ਏ। ਅਤੇ ਜਿਸਦਾ ਟੌੜਾ ਮੈਨੂੰ ਕਹਿੰਦਾ ਕਹਿੰਦਾ ਵੀ ਸੰਤ ਮੈਨੂੰ ਕਹਿੰਦੇ ਵੀ ਜਥੇਦਾਰਾ ਹੁਣ ਦੱਸ ਵੀ ਹੁਣ ਤੱਕ ਤਾਂ ਆਹ ਤਾਂ ਵਾਹਿਗੁਰੂ ਦੀ ਕਿਰਪਾ ਹੋ ਗਈ, ਹੁਣ ਅੱਗੇ ਦੱਸ। ਕਹਿੰਦਾ ਮੈਂ ਉਹਨਾਂ ਨੂੰ ਕਿਹਾ ਬਸ ਤੁਸੀਂ ਖਰੇ ਹੋ ਗਏ, ਹੁਣ ਖੋਟੇ ਨਾ ਹੋਏ। ਉਹ ਕਹਿੰਦੇ ਖੋਟੇ ਕਿਵੇਂ? ਕਹਿੰਦਾ ਜਿੱਦੇ ਸਾਡੇ ਵਾਲੇ ਕੰਮਾਂ 'ਚ ਪੈ ਗਏ, ਸੋ ਸਿੰਪਲ ਕੋਈ ਰੌਲਾ ਹੀ ਨਹੀਂ ਇਹਦੇ 'ਚ, ਸੋ ਆਪਾਂ ਉਹਨਾਂ ਵਾਲੇ ਕੰਮਾਂ 'ਚ ਨਾ ਪਈ, ਖਰੇ ਹੀ ਰਹੀਏ। ਖਰਾ ਖੋਟਾ ਕਿਵੇਂ ਹੋ ਜਾਂਦਾ? ਸਕਿੰਟਾਂ ਦੀ ਖੇਡ ਹੀ ਹੁੰਦੀ ਹੈ, ਬਹੁਤਾ ਲੰਮਾ ਨਹੀਂ ਹੁੰਦਾ ਹੈ। ਇਹ ਸੰਤਾਂ ਤੋਂ ਜਦੋਂ ਅਸੀਂ ਸੇਧ ਲੈਣੀ ਹੈ ਤਾਂ ਅਸੀਂ ਇਕੱਲੀ ਇਹ ਨਹੀਂ ਕਿ ਅਸੀਂ ਜੋਸ਼ ਹੀ ਲੈਣਾ, ਬਸ ਉਹਨਾਂ ਦੀਆਂ ਗੱਲਾਂ ਨੂੰ, ਇੱਕ ਇੱਕ ਗੱਲ ਨੂੰ ਗਹਿਰਾਈ 'ਚ ਜਾ ਕੇ ਸਮਝਣਾ ਪੈਣਾ, ਫਿਰ ਹੀ ਅਸੀਂ ਸੰਤਾਂ ਦੇ ਬਾਹਰ ਸੁਣਨ ਦਾ ਦਾਅਵਾ ਕਰ ਸਕਾਂਗੇ, ਫਿਰ ਹੀ ਅਸੀਂ ਉਸ ਰਸਤੇ ਦੇ ਉੱਤੇ ਚੱਲ ਸਕਾਂਗੇ। ਸੋ ਮੇਰਾ ਖਿਆਲ ਹੈ ਕਿ ਹੁਣ ਸਮਾਂ ਕਾਫੀ ਹੋ ਗਿਆ ਜਿੰਨਾ ਕੁ ਮੈਨੂੰ, ਅਤੇ ਉਹਨੂੰ ਐਂ ਤਾਂ ਖੈਰ 5 ਮਿੰਟ ਚਲੋ ਹੋਰ ਲਾ ਲੈਂਦੇ ਹਾਂ। ਚਲੋ ਮੈਂ ਹੁਣ ਫਿਰ ਮੇਰੇ ਮਨ 'ਚ ਇੱਕ ਗੱਲ ਹੋਰ ਸੀਗੀ, ਚਲੋ ਮੇਰੇ ਮਨ 'ਚ ਇੱਕ ਗੱਲ ਹੋਰ ਆਈ ਸੀ ਜਦੋਂ ਪਹਿਲਾਂ ਸਿੰਘ ਬੋਲ ਰਹੇ ਸੀ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਕਿ ਜਿਹੜੀ ਰਾਜ ਦੀ ਗੱਲ ਹੈ ਕਿ ਬੰਦੇ ਅਕਸਰ ਇਹ ਸਵਾਲ ਖੜ੍ਹਾ ਕਰ ਦਿੰਦੇ ਆ ਵੀ ਯਾਰ ਗੁਰੂ ਨਾਨਕ ਸਾਹਿਬ ਨੇ ਜਾਂ ਗੁਰਬਾਣੀ ਦੇ ਵਿੱਚ ਕਿਤੇ ਰਾਜ ਦੀ ਸਿੱਧੀ ਗੱਲ ਹੈ ਨਹੀਂ ਕੀਤੀ, ਇਸ ਕਰਕੇ ਸਿੱਖਾਂ ਨੂੰ ਰਾਜ ਤੋਂ ਦੂਰ ਰਹਿਣਾ ਚਾਹੀਦਾ, ਵੀ ਸਾਡਾ ਇਹ ਉਦੇਸ਼ ਨਹੀਂ, ਰਾਜ ਸਾਡਾ ਉਦੇਸ਼। ਇਹ ਗੱਲ ਬਹੁਤ ਪ੍ਰਚਲਿਤ ਹੋਈ ਹੈ, ਬੜੀ ਪ੍ਰਚਾਰੀ ਗਈ ਹੈ, ਅਤੇ ਇਹਨੇ ਬੜਾ ਗੰਧ ਰਚਾਉਣ ਵੀ ਪੈਦਾ ਕੀਤਾ ਬੰਦਿਆਂ ਨੂੰ, ਕਿਉਂਕਿ ਜਦੋਂ 26 ਜਨਵਰੀ 1987 ਨੂੰ ਪਹਿਲਾ ਸਰਬੱਤ ਖਾਲਸਾ ਹੋਇਆ, ਉਸ ਮੌਕੇ 25 ਜਨਵਰੀ ਨੂੰ ਸਾਰੀ ਰਾਤ ਇਹਦੀ ਬਹਿਸ ਹੋਈ ਗਈ ਕਿ ਜਿਹੜਾ ਗੁਰਮਤਾ ਲੈ ਕੇ ਆਉਣਾ ਉਹਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਕਰਨਾ ਹੈ ਕਿ ਨਹੀਂ ਕਰਨਾ, ਐਲਾਨ ਕਰਨਾ ਹੈ ਕਿ ਨਹੀਂ ਕਰਨਾ। ਸੋ ਉਹ ਪੱਤਰਕਾਰ ਦਲਵੀਰ ਸਿੰਘ ਸੀਗਾ, ਉਹ ਉਦੋਂ ਬੜਾ ਤਾਕਤਵਰ ਸੀ, ਸਾਰਾ ਉਹਨੇ ਉਹ ਕੰਮ ਕੀਤਾ ਸੀ, ਦਮਦਮੀ ਟਕਸਾਲ ਦੇ ਵਿੱਚ ਉਹਦਾ ਬਹੁਤ ਪ੍ਰਭਾਵ ਸੀ, ਸੰਤਾਂ ਦੇ ਵੀ ਨੇੜੇ ਰਿਹਾ ਸੀ। ਉਸ ਮੌਕੇ ਉਹਦੀ ਇਹ ਦਲੀਲ ਇਹੀ ਸੀ ਵੀ ਮੈਨੂੰ ਗੁਰਬਾਣੀ 'ਚੋਂ ਖਾਲਿਸਤਾਨ ਕੱਢ ਕੇ ਦਿਖਾਓ। ਇਹ ਸਮੱਸਿਆ ਸਾਡੇ ਬੰਦਿਆਂ ਨੂੰ ਆਉਂਦੀ ਹੈ ਵੀ ਗੁਰਬਾਣੀ 'ਚੋਂ ਕੱਢ ਕੇ ਦਿਖਾਓ। ਇਹ ਗੱਲ ਉਹੀ ਬੰਦਾ ਕਹਿ ਸਕਦਾ ਹੈ ਜਿਹਨੂੰ ਪਤਾ ਹੀ ਨਹੀਂ ਗੁਰਬਾਣੀ ਕੀ ਹੈ। ਗੁਰਬਾਣੀ ਕੋਈ ਸਿਧਾਂਤ ਨਹੀਂ, ਕੋਈ ਇਤਿਹਾਸ ਦਾ ਦਸਤਾਵੇਜ਼ ਨਹੀਂ ਵੀ ਜਿਹਦੇ ਵਿੱਚ ਐਂ ਗੱਲਾਂ ਸਿੱਧੀਆਂ। ਰਾਜ ਦਾ ਮਾਮਲਾ ਇਤਿਹਾਸਕ ਹੈ, ਇਤਿਹਾਸ ਦੇ ਵਿੱਚ ਇੱਕ ਕਿਸੇ ਖਾਸ ਮੌਕੇ 'ਤੇ ਰਾਜ ਦੀ ਗੱਲ ਆਉਂਦੀ ਹੈ ਅਤੇ ਆਈ, ਅਤੇ ਜਦੋਂ ਆਈ ਤਾਂ ਸਿੱਖਾਂ ਨੇ ਰਾਜ ਸਥਾਪਿਤ ਕਰ ਲਿਆ। ਹੁਣ ਆਪਾਂ ਇਹ ਥੋੜ੍ਹਾ ਕਹਿ ਸਕਦੇ ਹਾਂ ਜਿਹੜਾ ਰਾਜ ਸਥਾਪਿਤ ਕੀਤਾ ਉਹ ਗੁਰਬਾਣੀ ਤੋਂ ਪਾਸੇ ਹਟ ਕੇ ਕੀਤਾ ਉਹਨਾਂ ਨੇ, ਕਿਉਂਕਿ ਇਸ ਮਾਮਲੇ 'ਚ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਗੱਲ ਬਹੁਤੀ ਔਖੀ ਨਹੀਂ ਸਮਝਣ ਵਾਲੀ, ਬੜੀ ਸੌਖੀ ਸਮਝੀ ਜਾ ਸਕਦੀ ਹੈ। ਗੁਰਬਾਣੀ ਦੇ ਵਿੱਚ ਗੁਰੂਆਂ ਨੇ
ਵਿਅਕਤੀ ਦੇ ਸਾਹਮਣੇ ਕੁਛ ਆਦਰਸ਼ਤਾ ਰੱਖੇ ਨਾ ਕਿ ਤੁਹਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਜੇ ਉਹ ਆਦਰਸ਼ ਨਾ ਹੋਣ ਰੱਖੇ ਅਤੇ ਜੇ ਉਹਨਾਂ ਆਦਰਸ਼ਾਂ ਨੇ ਕੌਮ ਨੂੰ ਟੁੰਬਿਆ ਨਾ ਹੋਵੇ ਤਾਂ ਇੰਨੀਆਂ ਕੁਰਬਾਨੀਆਂ ਇਤਿਹਾਸ 'ਚ ਹੋ ਸਕਦੀਆਂ ਸੀ। ਬਥੇਰੀਆਂ ਪੈਣ ਧਾਰਮਿਕ ਗ੍ਰੰਥਾਂ 'ਚ ਤਾਂ ਹਿੰਦੁਸਤਾਨ 'ਚ ਕੋਈ ਕਮੀ ਨਹੀਂ। ਪਤਾ ਨਹੀਂ ਕਿੰਨੇ ਉਪਨਿਸ਼ਦ ਨੂੰ, ਪਤਾ ਨਹੀਂ ਕਿੰਨੇ ਹੋਰ ਗ੍ਰੰਥ। ਸੋ ਉਹਨਾਂ 'ਚ ਇਹ ਤਾਕਤ ਹੈ ਵੀ ਕਿਤੇ ਉਹਨਾਂ ਨੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਾਰਨਾਮਾ ਕੀਤਾ ਹੋਵੇ ਵੀ ਲੋਕਾਂ ਦੇ ਵਿੱਚ ਇੱਕ ਇਸ ਕਿਸਮ ਦੀ ਸਪਿਰਿਟ ਭਰੀ ਹੋਵੇ। ਸੋ ਹੁਣ ਜਦੋਂ ਇਹ ਹੈ ਕਿ ਮਨੁੱਖ ਹੋਣਾ ਕਿਹੋ ਜਿਹਾ ਚਾਹੀਦਾ, ਇਹ ਤਾਂ ਹੈ ਨਾ ਗੁਰਬਾਣੀ 'ਚ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮੁਕਤ। ਚਲੋ ਪਏ ਮੋਟੇ ਜਿਹੜਾ ਆਪਾਂ ਸਮਝ ਸਕਦੇ ਹਾਂ ਸਾਰੇ, ਮਨੋਵਿਕਾਰਾਂ ਤੋਂ ਮੁਕਤ ਹੋਵੇ। ਹੁਣ ਇਹ ਛੋਟੀ ਗੱਲ ਥੋੜ੍ਹਾ ਹੈ ਤਾਂ ਬਹੁਤ ਹੀ ਦਰਸ਼ਕ ਹੈ। ਹੁਣ ਜਿਹੜਾ ਮਨੋਵਿਕਾਰਾਂ ਤੋਂ ਮੁਕਤ ਵਿਅਕਤੀ ਹੋਊ ਤਾਂ ਉਹ ਜੇ ਸਮਾਜ ਨਹੀਂ ਸਿਰਜੂ ਆਪਦੇ ਅਕੀਦਿਆਂ ਮੁਤਾਬਕ, ਉਹ ਕਿਵੇਂ ਚੱਲ ਸਕੂਗਾ? ਕਿ ਸਮਾਜ ਜਿੰਨਾ ਮਰਜ਼ੀ ਗੰਦਾ ਹੋਵੇ ਪਰ ਮੈਂ ਆਪਦਾ ਇੱਕ ਸ਼ੁੱਧ ਬਣ ਕੇ ਦਿਖਾਵਾਂ, ਇਹ ਵਿਅਕਤੀਗਤ ਰਾਹ ਨਹੀਂ ਕਰਦਾ। ਸੋ ਗੁਰਬਾਣੀ ਦੇ ਵਿੱਚ ਸੰਦੇਸ਼ ਹੈ ਵਿਅਕਤੀ ਨੂੰ ਬਦਲਣ ਦਾ, ਨਾਲ ਸਮਾਜ ਨੂੰ ਬਦਲਣ ਦਾ ਅਤੇ ਨਾਲ ਰਾਜ ਨੂੰ ਬਦਲਣ ਦਾ। ਵੀ ਜੇ ਰਾਜ ਨੂੰ ਬਦਲਣ ਦਾ ਨਾ ਹੋਵੇ ਤਾਂ ਬਾਬਰ ਨੂੰ ਜਾਬਰ ਕਹਿਣ ਦੀ ਲੋੜ ਕੋਈ ਪੈ ਨਹੀਂ ਸੀ। ਹੋਰ ਕਿੰਨੇ ਧਾਰਮਿਕ ਸੰਤ ਤੁਰੇ ਫਿਰਦੇ ਸੀ, ਗਿਣਤੀ ਕੋਈ ਨਹੀਂ ਸੀ, ਉਹਨਾਂ ਨੇ ਕਿਉਂ ਨਾ ਕਹਿਤਾ? ਸੋ ਗੁਰੂ ਸਾਹਿਬ ਦਾ ਇੱਕ ਸੰਕਲਪ ਸੀ ਬਕਾਇਦਾ, ਮਨੁੱਖ ਕਿਹੋ ਜਿਹਾ ਹੋਵੇ, ਸਮਾਜ ਕਿਹੋ ਜਿਹਾ ਹੋਵੇ, ਰਾਜ ਕਿਹੋ ਜਿਹਾ ਹੋਵੇ। ਅਤੇ ਜਿਹੜਾ ਰਾਜ ਉਸ ਪਾਸੇ ਨੂੰ ਵਧਣ ਦੇ ਰਾਹ 'ਚ ਅੜਿੱਕੇ ਡਾਓ ਉਹਨੂੰ ਕੀ ਕੀਤਾ ਜਾਵੇ? ਜੇ ਉਹਨੂੰ ਦੂਰ ਨਹੀਂ ਕੀਤਾ ਜਾਊ, ਜੇ ਉਹਨੂੰ ਭੰਨਿਆ ਨਹੀਂ ਜਾਊ, ਜੇ ਉਹਨੂੰ ਖਤਮ ਨਹੀਂ ਕੀਤਾ ਜਾਊ, ਤੁਸੀਂ ਆਪ ਤਾਂ ਉੱਥੇ ਕਿਵੇਂ ਸਿਰਜ ਲਓਗੇ ਹੋਇਆ ਸਮਾਜ? ਸੋ ਗੁਰਬਾਣੀ ਦੇ ਵਿੱਚ ਜਿਸ ਕਿਸਮ ਦੇ ਆਦਰਸ਼ ਸਾਨੂੰ ਸੌਂਪੇ ਗਏ ਨੇ ਕਿ ਸਿੱਖਾਂ ਨੇ ਇਸ ਕਿਸਮ ਦਾ ਸਮਾਜ ਸਿਰਜਣਾ, ਇਸ ਕਿਸਮ ਦਾ ਰਾਜ ਸਿਰਜਣਾ, ਅਤੇ ਜਿਹੜੇ ਉਹਨਾਂ ਅਕੀਦਿਆਂ ਦੇ ਉਲਟ ਰਾਜ ਨੂੰ ਉਹ ਉੱਥੇ ਅੜਿੱਕੇ ਡਾਉਣਗੇ, ਉਹ ਜ਼ਬਰ ਕਰਨਗੇ, ਉਹਨਾਂ ਨੂੰ ਭੈ ਆਉਂਦਾ ਉਹੋ ਜਿਹੇ ਰਾਜ ਤੋਂ। ਹੁਣ ਜਿਵੇਂ ਹਲੀਮੀ ਰਾਜ ਅਸੀਂ ਕਹਿ ਲਈਏ, ਹੁਣ ਜਿਨ੍ਹਾਂ ਨੇ ਇੰਨਾ ਜ਼ਾਲਮ ਰਾਜ ਸਿਰਜਣਾ ਹੈ ਉਹਨਾਂ ਨੂੰ ਤਾਂ ਹਲੀਮੀ ਰਾਜ ਦਾ ਸੰਕਲਪ ਹੀ ਡਰਾਊਗਾ ਨਾ। ਅਤੇ ਅਸੀਂ ਹਲੀਮੀ ਰਾਜ ਦੀਆਂ ਗੱਲਾਂ ਕਰੀ ਚੱਲੀਏ ਅਤੇ ਉਸ ਦਿਸ਼ਾ 'ਚ ਵਧਣ ਵਾਸਤੇ ਕੁਛ ਨਾ ਕਰੀਏ, ਉਹ ਕਦੇ ਵੀ ਉਹ ਤਾਂ ਗੱਲਾਂ ਹੀ ਰਹਿਣਗੀਆਂ, ਕਦੇ ਵੀ ਸਥਾਪਿਤ ਨਹੀਂ ਹੋ ਸਕੂ। ਸੋ ਰਾਜ ਜਿਹੜਾ ਹੈਗਾ, ਜੇ ਤੁਸੀਂ ਗੁਰਬਾਣੀ ਦੇ ਅਸਲੀ ਰਾਹ ਦੇ ਉੱਤੇ ਚੱਲਣਾ ਹੈ ਤਾਂ ਸੁਤੇ ਸਿੱਧੀ ਇਹ ਇੱਕ ਲੋੜ ਆ ਪੈਂਦੀ ਹੈ ਕਿ ਜਿਹੜਾ ਰਾਜ ਮਨੁੱਖ ਨੂੰ ਉਸ ਪਾਸੇ ਵਧਣ ਤੋਂ ਰੋਕ ਰਿਹਾ ਉਦੋਂ ਉਲਟ ਜਿਹਦਾ ਸਾਰਾ ਕੁਛ ਆ ਰਿਹਾ, ਮਨੁੱਖ ਨੂੰ ਲੋਭੀ ਬਣਾ ਰਿਹਾ, ਹੰਕਾਰੀ ਬਣਾ ਰਿਹਾ, ਕ੍ਰੋਧੀ ਬਣਾ ਰਿਹਾ ਅਤੇ ਕਾਮੀ ਬਣਾ, ਜੋ ਵੀ ਮਨੋਵਿਕਾਰ ਕਰ ਰਿਹਾ ਹੈਗਾ 24 ਘੰਟੇ ਉਹ ਤਾਂ ਜਿਵੇਂ ਇੱਕ ਕਹਿ ਲਓ ਨਾ ਜਨਰੇਟ ਕਰੀ ਜਾਂਦਾ ਇਹ ਸਾਰੇ ਕੁਛ ਨੂੰ। ਉਹ ਸੋਮੇ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਹੋ ਜਿਹੇ ਰਾਜ ਨੂੰ ਖਤਮ ਕਰਕੇ ਇੱਕ ਅਜਿਹਾ ਰਾਜ ਸਿਰਜਿਆ ਜਾਵੇ ਜਿਹੜਾ ਇਹ ਯਕੀਨੀ ਬਣਾਵੇ ਕਿ ਜੋ ਗੁਰਬਾਣੀ ਦੇ ਵਿੱਚ ਜਿਸ ਕਿਸਮ ਦੇ ਰਾਜ ਅਤੇ ਸਮਾਜ ਦੀ ਕਲਪਨਾ ਕੀਤੀ ਗਈ ਹੈ ਉਹ ਕੀਤਾ ਜਾਵੇ। ਜੇ ਇਹ ਛੁਪਿਆ ਹੋਇਆ ਸੰਦੇਸ਼ ਗੁਰਬਾਣੀ 'ਚ ਨਾ ਹੁੰਦਾ
ਤਾਂ ਖਾਲਸਾ ਸਾਜਣ ਦੀ ਲੋੜ ਭਲਾ ਕੀ ਪਏਗੀ ਸੀ? ਜਿਵੇਂ ਗੱਲ ਤੁਰੀ ਆਉਂਦੀ ਸੀ ਤੁਰੀ ਆਉਂਦੀ, ਜਾਂ ਹਰਿਮੰਦਰ ਸਾਹਿਬ ਦੀ ਸਥਾਪਨਾ ਹੋ ਚੁੱਕੀ ਸੀ ਅਤੇ ਇੱਕ ਸਟੇਜ 'ਤੇ ਆ ਕੇ ਅਕਾਲ ਤਖ਼ਤ ਸਾਹਿਬ ਦਾ ਪ੍ਰਗਟ ਹੋਣਾ, ਉਹ ਤਾਂ ਫਿਰ ਕੋਈ ਲੋੜ ਨਹੀਂ ਸੀ। ਜੇ ਇਕੱਲਾ ਪ੍ਰਚਾਰ ਹੀ ਕਰਨਾ ਹੈ, ਉਹ ਤਾਂ ਜਿਵੇਂ ਚੱਲ ਰਿਹਾ ਸੀ ਹਿੰਦੁਸਤਾਨ 'ਚ ਬਾਕੀ ਸਾਰੇ ਫਿਰਕੇ ਕਰ ਰਹੇ ਸੀ। ਸੋ ਇਹ ਗੱਲਾਂ ਹੌਲੀ ਹੌਲੀ ਇਤਿਹਾਸ ਦੇ ਇੱਕ ਅਮਲ 'ਚੋਂ ਆਈਆਂ, ਇੱਕ ਸਟੇਜ 'ਤੇ ਆ ਕੇ ਅਕਾਲ ਤਖ਼ਤ ਸਾਹਿਬ ਪ੍ਰਗਟ ਹੋਣੇ ਸੀ। ਅਸੀਂ ਕਈ ਵਾਰ ਚੀਜ਼ਾਂ ਨੂੰ ਨਾ ਬਹੁਤ ਸੌੜੇ ਅਰਥਾਂ 'ਚ ਲੈਣ ਲੱਗ ਜਾਂਦੇ ਹਾਂ, ਜਿਵੇਂ ਇਹ ਕਹਿਣਾ ਕਿ ਪੰਜਵੇਂ ਦੇ ਪਾਤਸ਼ਾਹ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਉਹ ਫਿਰ ਹਥਿਆਰ ਚੁੱਕੇ ਗਏ। ਇਹ ਤਾਂ ਬਹੁਤ ਸ਼ੁਰੂ, ਇਹ ਤਾਂ ਆਮ ਲੋਕ ਕਰਦੇ ਹੁੰਦੇ ਫਲਾਣੇ ਦਾ ਬਦਲਾ ਲੈਣ ਵਾਸਤੇ। ਗੁਰੂ ਦੇ ਮਨ 'ਚ ਕਿਤੇ ਕੋਈ ਬਦਲਾ ਲੈਣ ਦੀ ਭਾਵਨਾ 'ਚੋਂ ਹੋ ਸਕਦਾ? ਕਿਤੇ ਗੁਰੂ ਨਹੀਂ ਕਦੇ ਇਸ ਪੱਧਰ ਤੱਕ ਆਪਦੇ ਆਪ, ਫਿਰ ਗੁਰੂ ਕਾਹਦੇ ਹੋ? ਉਹ ਤਾਂ ਆਪਦੇ ਰਾਹ 'ਤੇ ਚੱਲ ਰਹੇ ਸੀਗੇ। ਇੱਕ ਸਮੇਂ 'ਤੇ ਉਹ ਗੱਲਾਂ ਸਾਰੀਆਂ ਆਉਣ, ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਣੀ ਹੋਣੀ ਸੀ, ਅਤੇ ਉਹ ਸ਼ਹਾਦਤ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸੰਪੂਰਨ ਨਹੀਂ ਹੋ ਜਾਂਦਾ ਸੀ, ਉਦੋਂ ਪਹਿਲਾਂ ਉਹ ਸ਼ਹਾਦਤ ਨਹੀਂ ਹੋਣੀ ਸੀ। ਵੀਰ ਬਲ ਦੇ ਕਿੰਨੇ ਯਤਨ ਨਾਕਾਮ ਹੋਏ, ਉਹਨਾਂ ਨੇ ਤਾਂ ਫੈਸਲਾ ਕਰ ਲਿਆ ਸੀ, ਬਹੁਤ ਚਿਰ ਪਹਿਲਾਂ ਕਰ ਲਿਆ ਸੀ, ਪਰ ਜਿੰਨਾ ਚਿਰ ਇਹ ਇੱਕ ਵਾਹਿਗੁਰੂ ਦੀ ਖੇਡ ਹੈ ਨਾ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਪੂਰਾ ਨਹੀਂ ਸੀ ਹੁੰਦਾ, ਉਹਨਾਂ ਚਿਰ ਉਹ ਸ਼ਹਾਦਤ ਨਹੀਂ ਹੋਣੀ ਸੀ, ਜ਼ੋਰ ਲਾ ਲੈਂਦਾ। ਸੋ ਉਸ ਤੋਂ ਬਾਅਦ ਚਲੋ ਸ਼ਹਾਦਤ ਹੋਈ, ਤਾਂ ਜੋ ਹਰ ਚੀਜ਼ ਅਕਾਲ ਤਖ਼ਤ ਸਾਹਿਬ ਦਾ ਆਉਣਾ, ਖਾਲਸੇ ਦਾ ਸਾਜਿਆ ਜਾਣਾ, ਇਹ ਕਿਸੇ ਜਿਹੜਾ ਆਪਾਂ ਕਹਿੰਦੇ ਰਿਐਕਸ਼ਨ 'ਚ ਨਹੀਂ, ਵੀ ਨਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ ਰਿਐਕਸ਼ਨ 'ਚ ਉਹ ਹੋ ਗਿਆ, ਨਾ ਕੋਈ ਸ਼ਹੀਦੀ ਰਿਐਕਸ਼ਨ 'ਚ ਹੋਈ ਹੈ। ਇਹ ਤਾਂ ਸਭ ਕੁਛ ਤੈਅ ਸੀ, ਤੈਅ ਸੀ, ਉਹਦੇ ਵਿੱਚੋਂ ਇਹ ਕੁਛ ਗੱਲ ਉੱਥੇ ਤੱਕ ਪਹੁੰਚਣੀ ਸੀਗੀ। ਸੋ ਇਸ ਕਰਕੇ ਅਸੀਂ ਮਤਲਬ ਇਸ ਕਿਸਮ ਦੇ ਫਲੇਕਿਆਂ ਜਾਂ ਉਹਨਾਂ ਦੇ ਝਮੇਲਿਆਂ ਨਾ ਪਈਏ, ਆਪਾਂ ਸਪਸ਼ਟ ਹੋ ਕੇ ਚੱਲੀਏ, ਨਹੀਂ ਫਿਰ ਸਾਡੇ ਕਿਹੜੇ ਇਤਿਹਾਸ 'ਤੇ ਅਸੀਂ ਮਾਣ ਕਰਾਂਗੇ? ਮਹਾਰਾਜ ਰਣਜੀਤ ਸਿੰਘ ਦੇ ਰਾਜ ਦਾ ਸਾਨੂੰ ਕੀ ਅਸੀਂ ਉਹਦੇ ਉੱਤੇ ਮਤਲਬ ਮਾਣ ਕਰ ਸਕਾਂਗੇ? ਫਿਰ ਇਹ ਹੈ ਵੀ ਗੁਰਬਾਣੀ ਜੀ ਦੇ ਮੁਤਾਬਕ ਤਾਂ ਇਹ ਨਹੀਂ ਸੀ, ਗੁਰੂਆਂ ਨੇ ਤਾਂ ਰੋਕਿਆ ਹੋਇਆ ਸੀ, ਉਹਨੇ ਕਿਤੇ ਬਣਾ ਲਿਆ ਇਹ ਸਾਡੇ ਨਾਲ ਉਹਨਾਂ ਨੂੰ ਕਿਤੇ ਵੱਧ ਸੋਝ। ਉਦੋਂ ਜਿਹੜਾ ਸਿੱਖ ਸੀ ਨਾ, ਸਿੱਖ ਦੀ ਜਿਹੜੀ ਅੱਜ ਦੀ ਕਮਜ਼ੋਰੀ ਆ, ਉਹਦੀ ਜੜ ਉੱਥੇ ਹੀ ਪਈ ਆ ਕਿ ਉਦੋਂ ਸਿੱਖ ਗੁਰੂ ਦੇ ਵੱਧ ਨੇੜੇ ਸੀ। ਜੇ ਗੁਰੂ ਨਹੀਂ ਵੀ ਸੀ ਜਿਸਮਾਨੀ ਤੌਰ 'ਤੇ ਮੌਜੂਦ ਸੀ, ਤਾਂ ਜੋ ਹਿਰਦੇ ਦੇ ਵਿੱਚ ਦਿਲ 'ਚ ਜੋ ਬਿੰਬ ਸੀ ਗੁਰੂ ਦਾ, ਉਹ ਬਹੁਤ ਸੱਜਰਾ ਸੀ। ਉਹਨਾਂ ਨੂੰ ਪਤਾ ਸੀ ਗੁਰੂ ਕੀ ਹੈ। ਸਮਾਂ ਲੰਘਦਾ ਗਿਆ, ਉਹ ਬਿੰਬ ਧੁੰਦਲਾ ਹੁੰਦਾ ਗਿਆ, ਉਹਦੇ 'ਚ ਬੜਾ ਕੁਛ ਮਿਲਾਵਟਾਂ ਹੋ ਗਈਆਂ। ਸੋ ਅੱਜ ਅਸੀਂ ਭਾਵੇਂ ਮੱਥੇ ਵੀ ਟੇਕੀਏ, ਸ਼ਹੀਦ ਆਪਣੇ ਗੁਰਪੁਰਬ ਵੀ ਮਨਾ ਲਈਏ, ਪਰ ਇਹ ਵੀ ਜੋ ਸਾਡੇ ਮਨ 'ਚ ਗੁਰੂ ਦਾ ਬਿੰਬ ਹੈ, ਉਹ ਕਿੰਨਾ ਕੁ ਪਿਓਰ ਹੈ, ਉਹ ਕਿੰਨਾ ਕੁ ਅਸਲੀ ਹੈ। ਸੋ ਇਸ ਕਰਕੇ ਮੈਂ ਇੱਕ ਗੁਜ਼ਾਰਿਸ਼ ਕਰਦਾ ਕਿ ਜਦੋਂ ਕਿਸੇ ਵਿਅਕਤੀ ਦੀ ਤੁਸੀਂ ਵਡਿਆਈ ਵੀ ਜਾਂ ਉਪਮਾ ਵੀ ਕਰਨੀ ਹੈ, ਕਦੇ ਭੁੱਲ ਕੇ ਵੀ ਗੁਰੂ ਨਾਲ ਤੁਲਨਾ ਨਾ ਕਰੋ, ਭੁੱਲ ਕੇ ਵੀ। ਫੜਾਕਾ ਸਿੰਘ ਹੁਰੀ ਬਹੁਤ ਵੈਸੇ ਤਾਂ ਸਮਝਦਾਰ ਹਨ, ਪਰ ਅੱਜ ਮੈਨੂੰ ਲੱਗਦਾ ਨਾ ਤਾਂ ਇੱਕ ਉਕਾਈ ਹੋਈ ਹੈ, ਸ਼ਾਇਦ ਤੁਸੀਂ ਵੀ ਨੋਟ ਕੀਤੀ ਹੋ, ਵੀ ਮੇਰੇ ਬੋਲਾਂ ਨੂੰ ਜਫਰਨਾਮੇ ਨਾਲ ਤੁਲਨਾ ਕਰਨੀ, ਇਹ ਭੁੱਲ ਕੇ ਵੀ ਨਹੀਂ ਹੋਣੀ ਚਾਹੀਦੀ, ਭੁੱਲ ਕੇ ਵੀ। ਜਿੱਦਾਂ ਕਿ ਅਸੀਂ ਇਹ ਕਰਨ ਲੱਗ ਗਏ ਨਾ, ਅਸੀਂ ਆਪਦੇ ਬੰਦਿਆਂ ਦੀ ਤੁਲਨਾ ਗੁਰੂਆਂ ਨਾਲ ਕਰਨ ਲੱਗ ਗਏ, ਵੈਸੇ ਤਾਂ ਮਹਾਨ ਸ਼ਖਸੀਅਤਾਂ ਨਾਲ ਵੀ ਨਾ ਕਰੋ, ਕਦੇ ਵੀ ਨਾ ਕਰੋ। ਜੇ ਅਸੀਂ ਕੋਈ ਆਵੇ ਕਹੇ ਮੈਂ ਮਨੀ ਸਿੰਘ ਵਰਗਾ ਜੀ, ਮੈਂ ਬੰਦਾ ਸਿੰਘ ਬਹਾਦਰ ਵਰਗਾ,
ਉਹ ਐਵੇਂ ਨਹੀਂ ਸੀ ਪੈਦਾ ਹੋ ਗਏ, ਉਹ ਕੋਈ ਐਵੇਂ ਜਿਹੀਆਂ ਚੀਜ਼ਾਂ ਨਹੀਂ ਸੀ ਤੁਲਨਾ ਵਾਲੀਆਂ। ਉਹ ਭੈ ਰੱਖੋ ਮਨ 'ਚ, ਭਾਉ ਅਤੇ ਭੈ, ਜਿੱਦੇ ਗੁਰੂ ਦਾ ਭੈ ਗਿਆ ਭਾਉ ਵੀ ਜਾਓ, ਫਿਰ ਸਿੱਖ ਕੋਲ ਕੁਛ ਵੀ ਨਹੀਂ ਰਹਿਣਾ। ਸਿੱਖ ਦੀ ਤਾਕਤ ਇਸੇ ਗੱਲ 'ਚ ਹੈ, ਗੁਰੂ ਦੇ ਭਾਉ ਅਤੇ ਭੈ 'ਚ ਰਹਿਣਾ। ਸੋ ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਬਾਕੀ ਫਿਰ ਮੌਕਾ ਮਿਲੂਗਾ, ਫਿਰ ਵਿਚਾਰਾਂ ਸਾਂਝੀਆਂ ਕਰਾਂਗੇ। ਹੁਣ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।